ਪਰਮੇਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਜਿਹਾ ਅਸੀਂ ਹਟ ਕੇ, ਆਮ ਤੌਰ ਦੇ ਉੱਤੇ ਪਹਿਲੇ ਅਸੀਂ ਸੁਰਖੀਆਂ ਦੀ ਗੱਲ ਕਰਦੇ ਸੀ, ਪਰ ਅੱਜ ਕਿਸੇ ਖਾਸ ਵਜ੍ਹਾ ਕਰਕੇ ਪਹਿਲਾਂ ਅਸੀਂ ਆਪਣੇ ਖਾਸ ਖਸੂਸੀ ਮਹਿਮਾਨ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਔਰ ਬਹੁਤ ਹੀ ਇੱਕ ਮਹੱਤਵਪੂਰਨ ਮੁੱਦਾ ਹੈ, ਉਹ ਹੈ ਕੇਂਦਰ ਦੀ ਕੈਬਿਨਟ ਨੇ, ਭਾਰਤ ਸਰਕਾਰ ਦੀ ਵਜ਼ਾਰਤ ਨੇ ਇੱਕ ਕਮਿਊਨਲ ਵਾਇਲੈਂਸ ਬਿੱਲ, ਐਂਟੀ ਕਮਿਊਨਲ ਵਾਇਲੈਂਸ ਬਿੱਲ, ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਔਰ ਜਿਹੜਾ ਉਹ ਬਣਨ ਜਾ ਰਿਹਾ ਹੈ। ਪਰ ਇਸਨੇ ਫਿਰਕਿਆਂ ਦੇ ਵਿੱਚ ਫਿਰ ਵੰਡ ਪੈਦਾ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਨੇ, ਸਮਾਜਵਾਦੀ ਪਾਰਟੀ ਨੇ ਔਰ ਹੋਰ ਕਈ ਪਾਰਟੀਆਂ ਨੇ ਇਸ ਦਾ ਬਹੁਤ ਵਿਰੋਧ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਬਿੱਲ ਅਮਨ ਅਮਾਨ ਕਾਇਮ ਰੱਖਣ ਲਈ, ਫਿਰਕਾ ਪ੍ਰਸਤ ਫਿਰਕਾਦਾਰਾਨਾ ਦੰਗਿਆਂ ਨੂੰ, ਸੰਪਰਦਾਇਕ ਦੰਗਿਆਂ ਨੂੰ ਰੋਕਣ ਵਿੱਚ ਮਦਦ ਕਰੇਗਾ। ਪਰ ਦੂਸਰੇ ਪਾਸੇ ਹਿੰਦੂਵਾਦੀ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ ਹੈ ਕਿ ਇਹ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਜਾਂ ਉਹਨਾਂ ਦੇ ਲਈ ਇਹ ਕੀਤਾ ਗਿਆ। ਔਰ ਦੂਸਰੇ ਪਾਸੇ ਸਮਾਜਵਾਦੀ ਪਾਰਟੀ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਇੱਕ ਹਮਲਾ ਹੈ ਔਰ ਫੈਡਰਲਿਜ਼ਮ ਦੇ ਉੱਤੇ ਇੱਕ ਹਮਲਾ। ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਸਾਡੇ ਕੋਲ ਬਹੁਤ ਹੀ ਗੰਭੀਰ ਸੁਰਖੀਆਂ ਹਨ, ਜੋ ਤਾਜ਼ਾ ਹਾਲਤ ਹੈ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਭੁੱਖ ਹੜਤਾਲ ਦੇ ਉੱਤੇ, ਉਸ ਦੇ ਬਾਰੇ ਗੱਲ ਕਰਾਂਗੇ। ਔਰ ਹੋਰ ਵੀ ਦੋ ਚਾਰ ਸੁਰਖੀਆਂ ਹਨ ਜਿਨ੍ਹਾਂ ਦੇ ਉੱਤੇ ਅਸੀਂ ਬਹੁਤ ਸੰਖੇਪ ਦੇ ਵਿੱਚ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਸਾਡੀ ਕੋਸ਼ਿਸ਼ ਹੈ, ਅਸੀਂ ਪੰਜਾਬ ਤੋਂ ਜਤਿੰਦਰ ਪੰਨੂ ਜੀ, ਜਿਹੜੇ ਐਡੀਟਰ ਨਵਾਂ ਜ਼ਮਾਨਾ ਹਨ ਔਰ ਪੱਤਰਕਾਰੀ ਦੇ ਥੰਮ ਮੰਨੇ ਜਾਂਦੇ ਹਨ ਔਰ ਜਿਨ੍ਹਾਂ ਦਾ ਵਿਸ਼ਲੇਸ਼ਣ ਆਪਣੇ ਆਪ ਦੇ ਵਿੱਚ ਕਿਸੇ ਵਿਆਖਿਆ ਦਾ ਮੁਤਾਜ ਨਹੀਂ, ਉਹਨਾਂ ਦੇ ਨਾਲ ਇਸ ਐਂਟੀ ਕਮਿਊਨਲ ਵਾਇਲੈਂਸ ਬਿੱਲ, ਇਹ ਹੈ ਕੀ ਚੀਜ਼ ਹੈ ਔਰ ਘੱਟ ਗਿਣਤੀਆਂ ਲਈ ਇਹ ਕਿੰਨਾ ਕੁ ਮਦਦਗਾਰ ਹੋਏਗਾ ਜਾਂ ਕਿ ਇਹ ਵੀ ਇੱਕ ਨਵਾਂ ਸ਼ੋਸ਼ਾ ਹੀ ਹੈ। ਜਤਿੰਦਰ ਪੰਨੂ ਜੀ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਨਾਲ ਸਾਡਾ ਸੰਪਰਕ ਹੋਇਆ। ਗੈਟ ਪੰਜਾਬੀ ਰਾਹੀਂ ਅਮਰੀਕਾ ਅਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਨੂੰ ਜੀ ਆਇਆਂ ਨਿੱਘਾ ਸਵਾਗਤ ਹੈ ਔਰ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਜੀ ਜੀ ਪੰਨੂ ਸਾਹਿਬ, ਤੁਸੀਂ ਜਿਹੜੀ ਤੁਹਾਨੂੰ ਅਸੀਂ ਤਕਲੀਫ਼ ਦਿੱਤੀ ਹੈ, ਇਹ ਜਿਹੜਾ ਐਂਟੀ ਕਮਿਊਨਲ ਵਾਇਲੈਂਸ ਬਿੱਲ, ਇਹ ਜਿਹੜਾ ਭਾਰਤ ਸਰਕਾਰ ਦੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ, ਪਰ ਇਸ ਬਿੱਲ ਨੇ ਫਿਰ ਫਿਰਕੇਦਾਰਾਨਾ ਏਕਤਾ ਕਰਨ ਦੀ ਬਜਾਏ ਇਹਨਾਂ ਨੂੰ ਆਪਸ ਵਿੱਚ ਫਿਰਕਿਆਂ 'ਚ ਵੰਡ ਦਿੱਤਾ ਹੈ। ਖਾਸ ਕਰਕੇ ਹਿੰਦੂਵਾਦੀ ਸੰਗਠਨ ਇਸ ਦਾ ਬਹੁਤ ਸਖਤ ਵਿਰੋਧ ਕਰ ਰਹੇ ਹੈ, ਭਾਰਤੀ ਜਨਤਾ ਪਾਰਟੀ ਔਰ ਸ਼ਿਵ ਸੈਨਾ। ਇਹ ਬਿੱਲ ਹੈ ਕੀ ਚੀਜ਼ ਹੈ ਔਰ ਇਸ ਦਾ ਮਕਸਦ ਕੀ ਹੈ ਅਤੇ ਕੀ ਇਹ ਮਕਸਦ ਵਿੱਚ ਕਾਮਯਾਬ ਹੋਏਗਾ? ਇਹਨੂੰ ਸਮਝਣ ਵਾਸਤੇ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਕਿ ਹਿੰਦੁਸਤਾਨ ਦੇ ਵਿੱਚ ਫਿਰਕੂ ਦੰਗੇ ਬਹੁਤ ਵਾਰੀ ਹੋਏ ਨੇ ਜੀ। ਜਦੋਂ ਵੀ ਦੰਗੇ ਹੁੰਦੇ ਆ, ਆਮ ਤੌਰ ਤੇ ਜਿਹੜਾ ਸਮਰੱਥਾਵਾਨ ਆ ਉਹਦਾ ਨੁਕਸਾਨ ਘੱਟ ਹੁੰਦਾ ਤੇ ਦੂਸਰੀ ਧਿਰ ਦਾ ਵੱਧ ਹੁੰਦਾ ਜੀ। ਜਿਹੜੀ ਮਾੜੀ ਧਿਰ ਆ ਉਹਨੂੰ ਘੁੱਟ ਪੈਂਦੀ, ਨੁਕਸਾਨ ਉਸੇ ਦਾ ਹੁੰਦਾ ਜੀ। ਜੇ ਦਿੱਲੀ ਵਿੱਚ ਦੰਗੇ ਹੋਣ, ਉੱਥੇ ਸਿੱਖ ਘੱਟ ਗਿਣਤੀ ਸੀ, ਉਹਨਾਂ ਨੂੰ ਘੁੱਟ ਪੈ ਗਈ, ਉਹਦੇ ਤੋਂ ਪਹਿਲਾਂ ਦਿੱਲੀ ਦੇ ਚਾਂਦਨੀ ਚੌਕ ਤੇ ਹੋਰ ਇਲਾਕਿਆਂ 'ਚ ਮੁਸਲਮਾਨਾਂ ਨੂੰ ਵੀ ਘੁੱਟ ਪੈਂਦੀ ਰਹੀ ਸੀ ਜੀ। ਫਿਰ ਅਲੀਗੜ੍ਹ ਜਮਸ਼ੇਦਪੁਰ ਦੇ ਦੰਗਿਆਂ ਵਿੱਚ ਕਈ ਵਾਰ ਮੁਸਲਮਾਨ ਨੂੰ ਘੁੱਟ ਪਈ ਸੀ, ਤੇ ਗੁਜਰਾਤ ਵਾਲਾ ਦੰਗਾ ਜਿਹੜਾ ਨਰਿੰਦਰ ਮੋਦੀ ਦੀ ਸਰਕਾਰ ਨੇ ਗਿਣ ਮਿਸ ਕੇ ਕਰਵਾਇਆ ਸੀ ਜੀ, ਉਹਦੇ ਵਿੱਚ ਤਾਂ ਬਹੁਤ ਹੀ ਬੁਰਾ ਹਾਲ ਹੋਇਆ ਸੀ, ਸਾਰਿਆਂ ਨੂੰ ਪਤਾ ਸੀ ਜੀ ਜੀ। ਉੱਥੇ ਇੱਕ ਘੱਟ ਗਿਣਤੀ ਨੂੰ ਨਿਸ਼ਾਨਾ ਬਣਾ ਕੇ ਬਹੁ ਗਿਣਤੀ ਨੂੰ ਤੇ ਸਾਰੀ ਸਟੇਟ ਮਸ਼ੀਨਰੀ ਨੂੰ ਆਖਿਆ ਗਿਆ ਜੀ ਕਿ ਤੁਸੀਂ ਜੋ ਕਰਨਾ ਕਰ ਲਓ। ਇਹਦੇ ਤੋਂ ਬਾਅਦ ਬੜੇ ਚਿਰ ਦੀ ਮੰਗ ਉੱਠਦੀ ਸੀ ਕਿ ਫਿਰਕੂ ਹਿੰਸਾ ਨੂੰ ਰੋਕਣ ਵਾਸਤੇ ਕੋਈ ਨਾ ਕੋਈ ਬਿੱਲ ਆਉਣਾ ਚਾਹੀਦਾ, ਕੋਈ ਕਾਨੂੰਨ ਪਾਸ ਹੋਣਾ ਚਾਹੀਦਾ ਜੀ। ਹੁਣ ਉਹ ਕਾਫੀ ਜੱਕੋ ਤੱਕਿਆ ਤੋਂ ਬਾਅਦ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਆ, ਪਾਰਲੀਮੈਂਟ ਚਲੇ ਆਵੇਗਾ ਜੀ, ਫਿਰ ਉਹ ਬਿੱਲ ਬਣੇਗਾ, ਪਾਸ ਹੋਵੇਗਾ ਤੇ ਕਾਨੂੰਨ ਬਣੇਗਾ ਜੀ। ਉਹਦੇ 'ਚ ਸਭ ਤੋਂ ਵੱਧ ਜਿਹੜਾ ਇਤਰਾਜ ਹੈ ਉਹ ਬਹੁਤ ਸੰਮਤੀ ਵਾਲਿਆਂ ਨੂੰ, ਬਹੁਤ ਗਿਣਤੀ ਵਾਲਿਆਂ ਨੂੰ ਜੀ, ਕਿਉਂਕਿ ਉਹਦੇ ਬਿੱਲ ਦੇ ਪਹਿਲੇ ਰੂਪ ਵਿੱਚ ਇਹ ਲਿਖਿਆ ਗਿਆ ਸੀ ਕਿ
ਇਸ ਤਰ੍ਹਾਂ ਦੀ ਹਿੰਸਾ ਦੀ ਜ਼ਿੰਮੇਵਾਰੀ ਬਹੁਤ ਗਿਣਤੀ ਉੱਤੇ ਪਾਈ ਜਾ ਸਕਦੀ ਹੈ। ਹਾਂਜੀ, ਇਹਦੇ ਤੋਂ ਹਿੰਦੂ ਸੰਸਥਾਵਾਂ ਬਹੁਤ ਗੁੱਸੇ ਵਿੱਚ ਨੇ। ਹਿੰਦੂ ਸੰਸਥਾਵਾਂ ਦਾ ਪੁਰਾਣਾ ਵੀ ਇਸ ਤਰ੍ਹਾਂ ਦਾ ਰੁਝਾਨ ਰਿਹਾ ਜੀ ਕਿ ਉਹ ਹੋਰ ਕਿਸੇ ਤਰੀਕੇ ਨਾਲ ਨਹੀਂ, ਆਮ ਤੌਰ ਤੇ ਦੰਗਿਆਂ ਵਿੱਚ ਭੀੜ ਨੂੰ ਭੜਕਾ ਕੇ ਆਪਣਾ ਉਲੂ ਸਿੱਧਾ ਕਰਦੀਆਂ ਰਹੀਆਂ ਨੇ। ਇਹ ਕੰਮ ਤਾਂ 1923 ਤੋਂ ਲੈ ਕੇ ਹੁੰਦਾ ਆਇਆ ਅੰਗਰੇਜ਼ਾਂ ਦੇ ਵੇਲੇ ਤੋਂ। ਜੀ ਜੀ ਜੀ, ਉਹਨਾਂ ਦੀਆਂ ਕੁਝ ਸੰਸਥਾਵਾਂ ਨੇ ਇਸ ਗੱਲ ਨੂੰ ਬਹੁਤ ਵੱਡਾ ਉਭਾਰ ਕੇ ਪੇਸ਼ ਕੀਤਾ ਕਿ ਸਾਡੇ ਹਿੰਦੂਆਂ ਦੇ ਖਿਲਾਫ਼ ਇੱਕ ਬਿੱਲ ਪਾਸ ਹੋ ਰਿਹਾ, ਪੇਸ਼ ਹੋ ਰਿਹਾ। ਜੀ ਜੀ, ਉਹਨਾਂ ਨੇ ਇਹ ਵੀ ਕਹਿਤਾ ਕਿ ਇਹ ਤਾਂ ਇੱਕ ਕਿਸਮ ਦਾ ਸਰਟੀਫਿਕੇਟ ਦੇਣ ਦੀ ਲੋੜ ਹੈ, ਦੇਣ ਵਾਂਗ ਹੈ, ਸਿਰਫ ਬਹੁ ਗਿਣਤੀ ਜਿਹੜੀ ਉਹ ਇਸ ਤਰ੍ਹਾਂ ਦੀ ਹਿੰਸਾ ਕਰਦੀ ਹੈ, ਘੱਟ ਗਿਣਤੀ ਦਾ ਕੋਈ ਕਸੂਰ ਹੀ ਨਹੀਂ ਹੁੰਦਾ, ਤੁਸੀਂ ਪਹਿਲਾਂ ਹੀ ਕਹਿਤਾ। ਜੀ, ਇੱਕ ਤਰੀਕੇ ਨਾਲ ਹਰ ਗੱਲ ਪ੍ਰਭਾਵ ਜਾਂਦਾ, ਪਰ ਇਹ ਵੀ ਗੱਲ ਸੱਚੀ ਹੈ ਕਿ ਬਹੁਤਿਆਂ ਥਾਵਾਂ ਤੇ ਜਿਹੜੀ ਘੱਟ ਗਿਣਤੀ ਹੈ ਉਹ ਰਾਈਟਸ ਨਹੀਂ ਕਰਦੇ। ਜੀ ਜੀ, ਕਰਾਚੀ ਦੇ ਵਿੱਚ ਹਿੰਦੂਆਂ ਦਾ ਮੰਦਰ ਢਾ ਦਿੱਤਾ ਜਾਵੇ ਪਾਕਿਸਤਾਨ ਦੇ ਵਿੱਚ, ਜੀ ਉੱਥੇ ਮੁਸਲਮਾਨ ਬਹੁਤ ਗਿਣਤੀ ਹੈ, ਭਲਾ ਕਰਾਚੀ ਦੇ ਹਿੰਦੂ ਰੋਸ ਦਾ ਧਰਨਾ ਤੇ ਦੇ ਸਕਦੇ, ਦੰਗਾ ਕਰ ਸਕਦੇ, ਪਰ ਉਹਨਾਂ ਨੇ ਭਲਾ ਦੰਗਾ ਕੀਤਾ ਤੇ ਅਸੀਂ ਮਾਰੇ ਜਾਵਾਂਗੇ? ਬਿਲਕੁਲ ਬਿਲਕੁਲ, ਘੱਟ ਗਿਣਤੀ ਕਦੇ ਵੀ ਦੰਗਿਆਂ ਦੇ ਰਾਹ ਪੈਂਦੀ ਨਹੀਂ ਹੁੰਦੀ, ਆਮ ਤੌਰ ਤੇ ਬਹੁ ਗਿਣਤੀ ਦੇ ਵਿੱਚੋਂ ਕੁਛ ਲੋਕ ਇਹੋ ਜਿਹੀ ਭੜਕਾਟ ਪੈਦਾ ਕਰਦੇ ਹੁੰਦੇ ਆ, ਉਹਨੂੰ ਰੋਕਣ ਵਾਸਤੇ ਜੇ ਇਹ ਬਿੱਲ ਆ ਰਿਹਾ ਤੇ ਜਿੰਨੀਆਂ ਕੁ ਧਰਮ ਨਿਰਪੱਖ ਧਿਰਾਂ ਨੇ ਉਹਨਾਂ ਚੋਂ ਬਹੁਤੀਆਂ ਦੀ ਸਮਝ ਆ ਕਿ ਇਹ ਬਿੱਲ ਆਉਣਾ ਚਾਹੀਦਾ ਤੇ ਠੀਕ ਸੇਧ ਵਿੱਚ ਆ ਰਿਹਾ। ਜੀ 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 ਜੀ, ਪੰਨੂ ਸਾਹਿਬ, ਇਹ ਦੱਸੋਗੇ ਕਿ ਇਹ ਕਾਫੀ ਮਸਲਾ ਤੇ ਜਿਹੜਾ ਫਿਰਕਾ ਪ੍ਰਸਤੀ ਦਾ ਜਾਂ ਫਿਰਕਾ ਦਰਾਨਾ, ਕਿਉਂਕਿ ਇਸ ਦੇਸ਼ ਦੀ ਵੰਡ ਹੀ ਟੂ ਨੇਸ਼ਨ ਥਿਊਰੀ ਤੇ ਹੋਈ ਸੀ, ਫਿਰਕਾ ਦਰਾਨਾ ਆਧਾਰ ਤੇ ਹੋਈ, ਔਰ ਆਜ਼ਾਦੀ ਤੋਂ ਪਹਿਲਾਂ 20 ਮਾਰਚ ਵਿੱਚ ਕਾਫੀ ਜ਼ਿਆਦਾ ਵੱਡੀ ਗਿਣਤੀ ਵਿੱਚ ਸਿੱਖ ਹਿੰਦੂ ਮਾਰੇ ਗਏ, 5,000 ਤੋਂ ਵੱਧ ਮਾਰਚ 47 ਵਿੱਚ, ਔਰ 47 ਦੇ ਵਿੱਚ ਤਾਂ ਦੋਨੋਂ ਪਾਸਿਓਂ 10 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਔਰ ਫਿਰ ਜੇ ਇਤਿਹਾਸ ਵੱਲ ਦੇਖੀਏ 1984 ਦਾ, ਫਿਰ 1992 ਦਾ, ਔਰ 2002 ਦਾ ਗੁਜਰਾਤ ਵਿੱਚ ਫਿਰ, ਤਾਂ ਕੀ ਮਤਲਬ ਹਿੰਦੁਸਤਾਨ ਦੀ ਇਹ ਨੀਤੀ ਆ ਜਿਹੜਾ ਕਹਿ ਲਓ ਕਿ ਇਹਨਾਂ ਦੇ ਕਿਸਮਤ ਵਿੱਚ ਹੈਗਾ ਕਿ ਫਿਰਕਾ ਪ੍ਰਸਤ ਦੰਗੇ ਜਿਹੜੇ ਹੈ ਇਹ ਹੁੰਦੇ ਰਹਿਣਗੇ, ਇਹਨੂੰ ਕੀ ਕਾਨੂੰਨ ਦੇ ਨਾਲ ਕੇਵਲ ਰੋਕਿਆ ਜਾ ਸਕੇਗਾ ਜੇ ਇਹਨਾਂ ਦੀ ਨੀਅਤ ਸਾਫ਼ ਨਹੀਂ ਹੋਏਗੀ ਹੁਕਮਰਾਨਾਂ ਦੀ? ਤੇ ਪਹਿਲਾਂ ਤਾਂ ਮੈਂ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਕਿ ਹਿੰਦੁਸਤਾਨ ਦੀ ਵੰਡ ਟੂ ਨੇਸ਼ਨ ਥਿਊਰੀ ਨਾਲ ਹੋਈ ਸੀ। ਜੀ ਜੀ, ਇੱਕ ਪ੍ਰਭਾਵ ਆ ਜੀ, ਇੱਕ ਨਹੀਂ ਜੀ ਜੀ, ਉਹ ਇਸ ਕਰਕੇ ਕਿ ਜੇ ਟੂ ਨੇਸ਼ਨ ਥਿਊਰੀ ਨਾਲ ਹੋਈ ਹੁੰਦੀ ਤੇ ਫਿਰ ਮੁਸਲਮਾਨਾਂ ਨੂੰ ਨੇਸ਼ਨ ਮੰਨ ਕੇ ਜੀ ਸਾਰੇ ਦੇ ਸਾਰੇ ਮੁਸਲਮਾਨ ਇੱਥੋਂ ਕੱਢ ਦਿੱਤੇ ਜਾਣੇ ਸੀ, ਫਿਰ ਇੱਥੇ ਕੋਈ ਮੁਸਲਮਾਨ ਰਹਿ ਨਹੀਂ ਸੀ ਸਕਦਾ। ਜੀ ਜੀ, ਉਦੋਂ ਵੀ ਮੁਸਲਮਾਨਾਂ ਦੀ ਇੱਕ ਬਹੁਤ ਵੱਡੀ ਧਿਰ ਸੀ ਜੀ, ਮੌਲਾਨਾ ਅਬਦੁਲ ਕਲਾਮ ਆਜ਼ਾਦ ਦੇ ਸਾਰੇ ਲੋਕ ਸਨ ਜਿਨ੍ਹਾਂ ਨੇ ਆਖਿਆ ਸੀ ਬਿਲਕੁਲ ਕਿਸੇ ਥਿਓਕ੍ਰੇਟਿਕ ਸਟੇਟ ਵਿੱਚ ਨਹੀਂ ਜਾਣਾ। ਜੀ ਜੀ ਜੀ, ਉਹਨਾਂ ਨੇ ਖੁੱਲ੍ਹ ਕੇ ਆਖਿਆ ਕਿ ਅਸੀਂ ਇਸ ਗੱਲ ਦੇ ਉੱਤੇ ਬਿਲਕੁਲ ਨਹੀਂ ਚਾਹੁੰਦੇ ਕਿ ਅਸੀਂ ਵੱਖਰਾ ਧਰਮ ਜਿਹੜਾ ਉਹਦੇ ਨਾਂ ਦੇ ਉੱਤੇ ਇੱਕ ਵੱਖਰੀ ਸਟੇਟ ਸਿਰਜੀਏ, ਔਰ ਇਸੇ ਗੱਲ ਦਾ ਕਰਕੇ ਉਹ ਉੱਧਰ ਨਹੀਂ ਸਨ ਗਏ ਤੇ ਇੱਥੇ ਰਹੇ ਸਨ। ਮੌਲਾਨਾ ਅਬਦੁਲ ਕਲਾਮ ਆਜ਼ਾਦ ਨੂੰ ਜਾਮਾ ਮਸਜਿਦ ਦੇ ਵਿੱਚ ਬੋਲਣ ਤੋਂ ਰੋਕ ਦਿੱਤਾ ਗਿਆ ਸੀ, ਪਰ ਜਦੋਂ ਉਹਨੂੰ ਬੋਲਣ ਤੋਂ ਰੋਕਿਆ ਗਿਆ ਉਦੋਂ ਉਹਦੀ ਡਟ ਕੇ ਬੇਇੱਜ਼ਤੀ ਕੀਤੀ ਗਈ ਸੀ। ਫਿਰ ਇਹਦੇ ਬਾਵਜੂਦ ਜਦੋਂ ਪਾਕਿਸਤਾਨ ਬਣ ਗਿਆ, ਜਿਹੜੇ ਬਾਕੀ ਮੁਸਲਮਾਨ ਇੱਥੇ ਰਹਿ ਗਏ ਸਨ ਉਹ ਉਸੇ ਮੌਲਾਨਾ ਅਬਦੁਲ ਕਲਾਮ ਆਜ਼ਾਦ ਨੂੰ ਘਰੋਂ ਸੱਦ ਕੇ ਲਿਆਏ ਸਨ ਕਿ ਤੁਸੀਂ ਆ ਕੇ ਬੋਲੋ, ਤੇ ਉਹਨੇ ਉੱਥੇ ਜਾ ਕੇ ਆਖਿਆ ਸੀਗਾ ਉਸੇ ਮਸਜਿਦ ਵੀ ਤੁਹਾਨੂੰ ਪਤਾ ਜਦੋਂ ਮੈਨੂੰ ਇੱਥੋਂ ਕੱਢਿਆ ਗਿਆ ਉਦੋਂ ਤੁਸੀਂ ਬੋਲੇ ਨਹੀਂ ਸੀ, ਤੁਸੀਂ ਚੁੱਪ ਕੀਤੇ ਰਿਹਾ ਸੀ, ਤੁਹਾਨੂੰ ਇਹ ਵੀ ਚੇਤਾ ਭੁੱਲ ਗਿਆ ਕਿ ਸਾਡੇ ਵੱਡਿਆਂ ਨੇ ਇੱਥੇ ਆ ਕੇ ਯਮੁਨਾ ਦੇ ਕੰਢੇ ਤੇ ਵੁਜੂ ਕਰਕੇ ਨਮਾਜ਼ ਪੜ੍ਹੀ ਸੀ, ਸਾਡੇ ਵੱਡਿਆਂ ਦੀਆਂ ਕਬਰਾਂ ਇੱਥੇ ਆ, ਇਹ ਕਬਰਾਂ ਛੱਡ ਕੇ ਅਸੀਂ ਕਿੱਦਾਂ ਜਾ ਸਕਦੇ ਹਾਂ, ਜਿਨ੍ਹਾਂ ਜਾ ਸਕਦਾ ਅਸੀਂ ਨਹੀਂ ਜਾ ਸਕਦੇ। ਉਸ ਵਕਤ ਤੋਂ ਲੈ ਕੇ ਵੀ ਸੈਕੂਲਰ ਹਿੰਦੂ ਇੱਥੇ ਸਨ। ਫਿਰ ਇਹਦੇ ਤੋਂ ਬਾਅਦ ਜੇ ਟੂ ਨੇਸ਼ਨ ਦੀ ਥਿਊਰੀ ਨਾਲ ਵੰਡ ਹੁੰਦੀ ਤੇ ਮੁਸਲਮਾਨਾਂ ਦੀ ਜਿੰਨੀ ਗਿਣਤੀ ਸੀ ਉਸ ਗਿਣਤੀ ਦੀ ਪ੍ਰਪੋਰਸ਼ਨ ਦੇ ਹਿਸਾਬ ਨਾਲ ਹੁਣ ਜਿੰਨਾ ਪਾਕਿਸਤਾਨ ਨਹੀਂ, ਉਹਨਾਂ ਨੂੰ ਪਾਕਿਸਤਾਨ ਤੋਂ ਕਾਫੀ ਵੱਡਾ ਪਾਕਿਸਤਾਨ ਮਿਲ ਜਾਣਾ ਸਨ, ਉਸ ਗਿਣਤੀ ਦੇ ਹਿਸਾਬ ਨਾਲ ਉਹਨਾਂ ਨੂੰ ਨਹੀਂ ਸੀ ਦਿੱਤਾ ਗਿਆ, ਕਿਉਂਕਿ ਉਦੋਂ ਵੀ ਇਹ ਗੱਲ ਹੈਗੀ ਸੀ ਕਿ ਮੁਸਲਮਾਨਾਂ ਦੀ ਇੱਕ ਕੱਟੜਪੰਥੀ ਧਿਰ, ਇੱਕ ਫਿਰਕੂ ਧਿਰ ਉੱਧਰ ਜਾ ਰਹੀ ਹੈ, ਦੂਸਰੀ ਧਿਰ ਉੱਧਰ ਨਹੀਂ ਜਾ ਰਹੀ, ਔਰ ਇਹੋ ਹੀ ਕਾਰਨ ਸੀ ਕਿ ਉਹਨਾਂ ਨੂੰ ਉਹਦੇ ਮੁਤਾਬਕ ਨਹੀਂ ਮਿਲ ਸਕਿਆ। 1965 ਦੀ ਜੰਗ ਤੋਂ ਪਹਿਲਾਂ BBC ਨੇ ਇੱਕ ਰਿਪੋਰਟ ਪੇਸ਼ ਕਰ ਦਿੱਤੀ ਸੀ, ਉਹ ਇੱਕ ਸਕੀਮ ਸੀ ਅਮਰੀਕਾ ਤੇ ਬ੍ਰਿਟੇਨ ਦੀ ਪਾਕਿਸਤਾਨ ਨਾਲ ਲੜਾਉਣ ਦੀ, ਉਹਦੇ ਵਿੱਚ ਆਖਿਆ ਗਿਆ ਸੀ ਕਿ ਭਾਰਤ ਦਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਹੈ ਜਿਹੜਾ ਹਿੰਦੂ ਹੈ ਤੇ ਉਹ ਹਿੰਦੂ ਹੋਣ ਕਰਕੇ ਮੁਸਲਮਾਨਾਂ ਨਾਲ ਜੰਗ ਲਾਉਣੀ ਚਾਹੁੰਦਾ। ਉਸੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕੀਤੀ ਗਈ ਤੇ ਉਸ ਰੈਲੀ ਦੇ ਵਿੱਚ ਸ਼ਾਸਤਰੀ ਨੇ ਜਿਹੜੇ ਐਗਜੈਕਟ ਲਫ਼ਜ਼ ਵਰਤੇ ਸਨ ਉਹ ਪੂਰੇ ਦੇ ਪੂਰੇ BBC ਦੀ ਸਾਈਟ ਦੇ ਉੱਤੇ ਵੀ ਪਏ ਹੈ, ਜਿਹਨਾਂ ਦੀ ਸਿਰਫ ਇੰਨਾ ਵਾਇਲ ਆਈ ਐਮ ਏ ਹਿੰਦੂ ਮੀਰ ਮੁਸ਼ਤਾਕ ਹੂ ਇਜ਼ ਪ੍ਰਜਾਈਡਿੰਗ ਓਵਰ ਦਿਸ ਮੀਟਿੰਗ ਇਜ਼ ਏ ਮੁਸਲਿਮ, ਮਿਸਟਰ ਫ੍ਰੈਂਕ ਐਂਥਨੀ ਹੂ ਹੈਜ਼ ਐਡਰੈਸਡ ਯੂ ਇਨ ਇਜ਼ ਏ ਕ੍ਰਿਸਚੀਅਨ, ਦੇਅਰ ਆਰ ਆਲਸੋ ਸਿੱਖਸ ਐਂਡ ਪਾਰਸੀਜ਼ ਹੇਅਰ,
The unique thing about our country is that we have Hindus, Muslims, Christians, Sikhs, Parsis, and people of all other religions. Jee. We have temples and mosques, gurdwaras and churches. Jee. But we do not bring all this into politics. This is the difference between India and Pakistan. Jee. Whereas Pakistan proclaims herself to be an Islamic state. Yes, यही मैं कह रहा हूँ जी 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 सो पाकिस्तान दी जी जी बिल्कुल जी गल जी लास्ट ने गल आखी शास्त्री जो ध्यान ना सुनो ओदे कहंदा वेयर एज पाकिस्तान प्रोक्लेम्स हरसेल्फ टू बी एन इस्लामिक स्टेट एंड यूज रिलीजन एज ए पॉलिटिकल फैक्टर वी इंडियंस हैव द फ्रीडम टू फॉलो व्हाटएवर रिलीजन वी मे चूज एंड वर्शिप इन एनी वे वी प्लीज सो एज पॉलिटिक्स इज कंसर्न ईच ऑफ अस इज एज मच एन इंडियन एज द अदर जी पन्नू साहब मैं एक छोटा जिहा इहदे च नुक्ता जिहड़ा है उह तुहाडे नाल जरूर सांझा करना चाहवांगा क्योंकि असी उह हिंदू जिहड़ा कम्यूनल वायलेंस बिल तों वक्खरे पासे जा रहे हाँ पर एक गल तां सही है ना कि जिस तरह अज भी भावें ठीक है 1950 कॉन्स्टिट्यूशन पास होई उहदे विच प्रीएम्बल जिहड़ी बुनियाद है उहदे विच लिखिया गया सॉवरन डेमोक्रेटिक रिपब्लिक सो पर 1977 दे विच आ के इहदे विच दो लफ्ज़ बाद विच वाड़े गए ਉਹ ਸੀਗਾ ਇੱਕ ਸੋਸ਼ਲਿਸਟ ਅਤੇ ਇੱਕ ਸੈਕੂਲਰ ਕੀ ਇਹਦਾ ਮਤਲਬ ਕਿਹਾ ਜਾਏ ਕਿ 1977 ਤੋਂ ਪਹਿਲੇ ਇਹ ਸੋਸ਼ਲਿਸਟ ਨਹੀਂ ਸੀ ਜਾਂ ਸੈਕੂਲਰ ਨਹੀਂ ਸੀ ਜਾਂ ਕੇਵਲ ਕਾਗਜ਼ੀ ਕਾਰਵਾਈ ਦੇ ਨਾਲ ਉਹਨੂੰ ਪਾਉਣ ਦੇ ਨਾਲ ਇਹ ਸੋਸ਼ਲਿਸਟ ਅਤੇ ਸੈਕੂਲਰ ਹੋ ਜਾਏਗਾ ਜੇ 1977 'ਚ ਪਾ ਸੈਕੂਲਰ ਲਫਜ਼ ਕਾਂਸਟੀਟਿਊਸ਼ਨ 'ਚ ਪਾਉਣ ਤੋਂ ਬਾਅਦ ਵੀ ਮੁਲਕ ਦਾ ਢਾਂਚਾ ਸੈਕੂਲਰ ਨਹੀਂ ਬਣ ਸਕਿਆ ਤਾਂ ਇਹ ਤੁਹਾਨੂੰ ਲੱਗਦਾ ਹੈ ਕਿ ਇਸ ਬਿੱਲ ਦੇ ਨਾਲ ਇਹ ਫਿਰ ਹੁਣ ਸੈਕੂਲਰਿਜ਼ਮ ਪੂਰੀ ਦਾ ਪੂਰਾ ਆ ਜਾਏਗਾ ਇਹ ਤੁਹਾਡੀ ਗੱਲ ਠੀਕ ਹੈ ਕਿ ਉਦੋਂ ਪਾਇਆ ਗਿਆ ਪਰ ਉਦੋਂ ਇਸ ਕਰਕੇ ਨਹੀਂ ਸੀ ਪਾਇਆ ਗਿਆ ਕਿ ਇਹ ਤੋਂ ਪਹਿਲਾਂ ਸੈਕੂਲਰ ਨਹੀਂ ਸੀ ਕਿ ਉਸ ਬਿੱਲ ਦੇ ਨਾਲ ਹੀ ਪਾਇਆ ਜਾਣਾ ਸੀ ਇਸ ਅਮੈਂਡਮੈਂਟ ਦੇ ਨਾਲ ਹੀ ਅਸਲ ਗੱਲ ਇਹ ਹੈ ਕਿ ਉਦੋਂ ਇੰਦਰਾ ਗਾਂਧੀ ਜਿਹੜੇ ਰਾਹ ਦੇ ਉੱਤੇ ਤੁਰ ਪਈ ਸੀ ਤੇ ਕਾਂਗਰਸਾਂ ਦਾ ਇੱਕ ਧੜਾ ਉਹਦੀ ਹਮਾਇਤ ਕਰ ਰਿਹਾ ਸੀ ਉਸ ਹਮਾਇਤ ਦੇ ਵਿੱਚ ਹੀ ਉਹ ਕਿਉਂਕਿ ਲੋਕਾਂ ਨੂੰ ਇਹ ਪ੍ਰਭਾਵ ਦੇਣਾ ਚਾਹੁੰਦੀ ਸੀ ਉਦੋਂ ਨਵਾਂ ਨਵਾਂ ਉਹਨੇ ਨਾਰਾ ਦਿੱਤਾ ਸੀ ਗਰੀਬੀ ਹਟਾਓ ਦਾ ਵੀ ਉਹ ਲੋਕਾਂ ਨੂੰ ਪ੍ਰਭਾਵ ਦੇਣਾ ਚਾਹੁੰਦੀ ਸੀ ਕਿ ਮੈਂ ਸਮਾਜਵਾਦ ਵਾਲੇ ਪਾਸੇ ਨੂੰ ਜਾ ਰਹੀ ਹਾਂ ਮੈਂ ਬੜੀ ਧਰਮ ਨਿਰਪੱਖ ਹਾਂ ਬਟ ਧਰਮ ਨਿਰਪੱਖ ਉਹਦੀ ਧਰਮ ਨਿਰਪੱਖਤਾ ਤੇ ਉਹਦੇ ਬਾਪ ਦੀ ਧਰਮ ਨਿਰਪੱਖਤਾ ਦਾ ਫਰਕ ਸੀ ਉਹਦਾ ਬਾਪ ਹਿੰਦੂ ਹੁੰਦਿਆਂ ਵੀ ਨਾ ਹਿੰਦੂ ਮੰਦਿਰ ਵਿੱਚ ਜਾਂਦਾ ਸੀ ਨਾ ਗੁਰਦੁਆਰੇ ਨਾ ਚਰਚ ਕਿਸੇ ਵਿੱਚ ਨਹੀਂ ਜਾਂਦਾ ਕਹਿੰਦਾ ਸੀ ਮੈਂ ਲੀਡਰ ਹੈ ਮੇਰੇ ਜਾਣ ਦਾ ਗਲਤ ਅਸਰ ਪਵੇਗਾ ਪਰ ਉਹ ਮੰਦਿਰ ਵਿੱਚ ਵੀ ਜਾਂਦੀ ਸੀ ਮਸਜਿਦ ਵਿੱਚ ਵੀ ਚਾਦਰ ਚੜਾਉਂਦੀ ਸੀ ਗੁਰਦੁਆਰੇ ਵੀ ਸਲਵਾਰ ਕਮੀਜ਼ ਪਾ ਕੇ ਚਲੀ ਜਾਂਦੀ ਸੀ ਇਹ ਜੋ ਕੁਛ ਸੀ ਉਹਨੇ ਸਾਰੀ ਡਰਾਮੇਬਾਜ਼ੀ ਕੀਤੀ ਸੀ ਉਸ ਡਰਾਮੇਬਾਜ਼ੀ ਨਾਲ ਕੋਈ ਫਰਕ ਨਹੀਂ ਸੀ ਪੈਣਾ ਹੁਣ ਵਾਲਾ ਬਿੱਲ ਜਿਹੜਾ ਇਹ ਫਿਰਕੂ ਹਿੰਸਾ ਨੂੰ ਰੋਕਣ ਵਾਸਤੇ ਕੁਝ ਖਾਸ ਹੱਦਾਂ ਮਿਲਦਾ ਉਦਾ ਤੇ ਪਹਿਲਾਂ ਤੋਂ ਵੀ ਇਹ ਕਹਿੰਦੇ ਆ ਕਿ ਹਿੰਦੁਸਤਾਨ ਚ ਕੋਈ ਭੁੱਖਾ ਨਹੀਂ ਮਰਨਾ ਚਾਹੀਦਾ ਪਰ ਹੁਣ ਖੁਰਾਕ ਸੁਰੱਖਿਆ ਬਿੱਲ ਦੇਣ ਨਾਲ ਇਹ ਹੈ ਕਿ ਜਿਨ੍ਹਾਂ ਦੇ ਕੋਲ ਖੁਰਾਕ ਦਾ ਕੋਈ ਪ੍ਰਬੰਧ ਹੀ ਹੈ ਨੀ ਜਿਹੜੀ ਸੋਸ਼ਲ ਸਿਕਿਉਰਿਟੀ ਪੱਛਮੀ ਦੇਸ਼ਾਂ ਚ ਮਿਲਦੀ ਪਈ ਹੈ ਉਹਦੇ ਨਾਲ ਇੱਕ ਚੀਜ਼ ਲੋਕਾਂ ਨੂੰ ਮਿਲਣ ਦਾ ਪ੍ਰਬੰਧ ਹੋ ਗਿਆ ਇਸ ਤੋਂ ਪਹਿਲਾਂ ਵੀ ਅਸੀਂ ਸੂਚਨਾ ਮੰਗ ਸਕਦੇ ਸਾਂ ਪਰ RTI ਆਉਣ ਤੋਂ ਬਾਅਦ ਕਿੰਨੀਆਂ ਦੱਬੀਆਂ ਸੂਚਨਾਵਾਂ ਅਸੀਂ ਕੱਢ ਲਈਆਂ ਇਸੇ ਤਰ੍ਹਾਂ ਹੀ ਇਹਦਾ ਹਿੰਸਾ ਰੋਕੋ ਬਿੱਲ ਆ ਰਿਹਾ ਫਿਰਕੂ ਹਿੰਸਾ ਰੋਕੂ ਬਿੱਲ ਜਿਹਦੇ ਤੋਂ ਇਹ ਸੰਭਾਵਨਾਵਾਂ ਉੱਠਦੀਆਂ ਨੇ ਇਹਦੇ ਨਾਲ ਵਿਸ਼ੇਸ਼ ਅਧਿਕਾਰ ਕੁਝ ਫੋਰਸਿਸ ਮਿਲਣਗੇ ਔਰ ਕੁਝ ਇਹੋ ਜਿਹੇ ਪੈਮਾਨੇ ਤੈਅ ਕੀਤੇ ਜਾਣਗੇ ਕਿ ਬਹੁਤ ਗਿਣਤੀ ਜਿਹੜੀ ਆ ਘੱਟ ਗਿਣਤੀ ਦੇ ਗਲ ਪੈ ਨਾ ਸਕੇ ਕੁਝ ਪ੍ਰਬੰਧ ਕੀਤੇ ਜਾਣਗੇ ਫੂਲ ਪਰੂਫ ਇੰਤਜ਼ਾਮ 100% ਕਦੇ ਕੋਈ ਨਹੀਂ ਹੋ ਸਕਦੇ ਪਰ ਕੁਛ ਨਾ ਕੁਛ ਅੱਗੇ ਵੱਲ ਨੂੰ ਇੱਕ ਕਦਮ ਇਹ ਹੈਗਾ ਜੀ ਪਰ ਪੰਨੂ ਸਾਹਿਬ ਜਿਹੜੀਆਂ ਹੁਣ ਭਾਰਤੀ ਜਨਤਾ ਪਾਰਟੀ ਜਾਂ ਸ਼ਿਵ ਸੈਨਾ ਜਾਂ ਜਿਹੜੀਆਂ ਹਿੰਦੂਵਾਦੀ ਸੰਗਠਨ ਇਹਦਾ ਬਹੁਤ ਜ਼ੋਰ ਨਾਲ ਵਿਰੋਧ ਕਰ ਰਹੀਆਂ ਅਤੇ ਤੁਹਾਨੂੰ ਲੱਗਦਾ ਹੈ ਕਿ ਫਿਰ ਇਹ ਕਾਮਯਾਬ ਹੋਏਗਾ ਉਹ ਇਸ ਚੀਜ਼ ਨੂੰ ਲਾਗੂ ਕਰਨਗੇ ਜਾਂ ਮੰਨਣਗੇ ਤੁਸੀਂ ਕੋਈ ਵੀ ਚੀਜ਼ ਲੈ ਆਓ ਉਹਨੂੰ ਲਾਗੂ ਕਰਨਾ ਕਰਨ ਵਾਲਿਆਂ ਦੇ ਉੱਤੇ ਨਿਰਭਰ ਕਰਦਾ ਜੀ ਜੇ ਅਗਲੇ ਪਾਸੇ ਸਟੇਟ ਆਪਰੇਟਰਸ ਦੇ ਵਿੱਚ ਇਹੋ ਜਿਹੇ ਲੋਕ ਹੋਣ ਜਿਹੜੇ ਇਹਨੂੰ ਲਾਗੂ ਕਰਨਾ ਇਹਨਾਂ ਚਾਹੁਣ ਜੀ ਕਈ ਵਾਰੀ ਸਵਾਲ ਨੀਤੀਆਂ ਨਾਲੋਂ ਵੱਧ ਨੀਤ ਦਾ ਹੁੰਦਾ ਜੀ ਹਾਂ ਬਿਲਕੁਲ ਇਹੀ ਕਹਿ ਨੀਤ ਦਾ ਖੋਟ ਹੋਇਆ ਤੇ ਕੁਛ ਵੀ ਨਹੀਂ ਹੋ ਸਕਣਾ ਜੀ ਅਸੀਂ ਪਹਿਲੇ ਕਈ ਕਾਨੂੰਨਾਂ ਦੇ ਮਾਮਲੇ ਵਿੱਚ ਵੀ ਵੇਖਦੇ ਹਾਂ ਜਦ ਤੱਕ ਦਬਾਅ ਨਾ ਪਵੇ ਉਹਨਾਂ ਚਿਰ ਤੱਕ ਪਰਚਾ ਦਰਜ ਨਹੀਂ ਹੁੰਦਾ ਪਰਚਾ ਦਰਜ ਹੋ ਜਾਵੇ ਬੰਦੇ ਫੜੇ ਨਹੀਂ ਜਾਂਦੇ ਫੜੇ ਜਾਣ ਤੇ ਚਾਰਜਸ਼ੀਟ ਨਹੀਂ ਹੁੰਦੇ ਚਾਰਜਸ਼ੀਟ ਹੋਣ ਤੇ ਫਿਰ ਅਗਲੇ ਪਾਸੇ ਗਵਾਹੀਆਂ ਨਹੀਂ ਭੁਗਤਦੀਆਂ ਕਈ ਵਾਰੀ ਅਖੀਰਲੇ ਵਕਤ ਜਾ ਕੇ ਗਵਾਹ ਕਹਿੰਦੇ ਜੀ ਅਸੀਂ ਨਹੀਂ ਗਵਾਹੀ ਦੇਣੀ ਇਹ ਸਾਰਾ ਕੁਛ ਜਿਹੜਾ ਇਹਦੇ 'ਚ ਨੀਤ ਜਿਹੜੀ ਆ ਉਹ ਜ਼ਿਆਦਾ ਨਿਰਭਰ ਕਰਦੀ ਹੈ ਫਿਰ ਵੀ ਇੱਕ ਅੱਗੇ ਵੱਲ ਨੂੰ ਇੱਕ ਕਦਮ ਦੇ ਤੌਰ 'ਤੇ ਅਸੀਂ ਕਹਿੰਦੇ ਹਾਂ ਇਹ ਕੋਈ ਉੱਕਾ ਪੁੱਕਾ ਅਤੇ ਪੱਕਾ ਪ੍ਰਬੰਧ ਨਹੀਂ ਜਿਹਦੇ ਨਾਲ ਸਾਰਾ ਕੁਝ ਠੀਕ ਹੋ ਜਾਣਾ ਹੋਵੇ ਜੀ 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 ਅਤੇ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਫੈਡਰਲਿਜ਼ਮ ਵੱਲ ਜਾਂ ਸੰਘੀ ਢਾਂਚੇ ਦੇ ਉੱਤੇ ਅਸਰ ਪਾਏਗਾ ਸਟੇਟਾਂ ਦੇ ਅਧਿਕਾਰ ਦੇ ਉੱਤੇ ਇਹ ਕਿਸਮ ਦਾ ਮਾਰੂ ਅਸਰ ਪਾਏਗਾ ਇਹ ਤੁਹਾਨੂੰ ਕਿੱਦਾਂ ਇਹਦਾ ਵਿਸ਼ਲੇਸ਼ਣ ਕਰਦੇ ਹੋ
ਉਹਦੇ 'ਚ ਉਹਨਾਂ ਨੇ ਕੁਛ ਪਹਿਲਾਂ ਮੱਦਾਂ ਇਸ ਤਰ੍ਹਾਂ ਦੀਆਂ ਪਾਈਆਂ ਸਨ ਜਿਹਦੇ ਵਿੱਚ ਸਟੇਟ ਸਿੱਧੇ ਤੌਰ 'ਤੇ ਦਖਲ ਦੇ ਸੈਂਟਰ ਸਿੱਧੇ ਤੌਰ 'ਤੇ ਦਖਲ ਦੇ ਸਕਦਾ ਸੀ ਜੀ। ਹੁਣ ਉਹ ਮੱਦਾਂ ਉਹਨਾਂ ਨੇ ਅਮੈਂਡ ਕਰ ਦਿੱਤੀਆਂ, ਉਹਨਾਂ ਨੇ ਬਦਲ ਦਿੱਤਾ ਜੀ, ਉੱਥੋਂ ਦੇ DGP ਉੱਥੋਂ ਦੇ ਹੋਮ ਸੈਕਟਰੀ ਵਗੈਰਾ ਨਾਲ ਕੰਟੈਕਟ ਕਰਕੇ ਸਾਰੇ ਕੁਝ ਦਾ ਸਟੱਡੀ ਕਰਨ ਤੋਂ ਬਾਅਦ ਉਹਨਾਂ ਨਾਲ ਡਿਸਕਸ ਕਰਕੇ ਜਿਹੜਾ ਸੈਂਟਰ ਦਖਲ ਦੇਵੇਗਾ ਇੱਕਦਮ ਦਖਲ ਨਹੀਂ ਦੇਵੇਗਾ। ਉਹਦੇ 'ਚ ਕੁਝ ਹੱਦਾਂ ਮਿਲ ਦਿੱਤੀਆਂ ਗਈਆਂ ਜਿਹੜੀਆਂ ਹੱਦਾਂ ਨੂੰ ਬਹੁਤ ਸਾਰੇ ਲੋਕ ਸਮਝਦੇ ਆ ਕਿ ਉਹਦੇ ਨਾਲ ਬਿੱਲ ਕਮਜ਼ੋਰ ਹੁੰਦਾ, ਪਰ ਬਹੁਤ ਸਾਰੇ ਹੋਰ ਇਹ ਸਮਝਦੇ ਆ ਕਿ ਉਹਦੇ ਨਾਲ ਕਮਜ਼ੋਰ ਹੁੰਦਿਆਂ ਹੋਇਆ ਵੀ, ਕਿਉਂਕਿ ਸਾਡੇ ਕੋਲ ਆਰਟੀਕਲ 356 ਹੈਗਾ ਜਿਹਨੂੰ ਬਹੁਤੇ ਲੋਕ ਇਹ ਸਮਝਦੇ ਆ ਕਿ 356 ਦਾ ਮਤਲਬ ਕਿਸੇ ਰਾਜ ਦੀ ਸਰਕਾਰ ਤੋੜਨਾ ਹੁੰਦਾ। 356 ਦੀਆਂ ਵੀ ਅੱਗੋਂ ਸਬ ਕਲਾਸਿਸ ਜਿਹੜੀਆਂ ਨੇ ਉਹਨਾਂ ਨੂੰ ਪੜ੍ਹੋ, ਉਹਨਾਂ ਦੇ ਵਿੱਚ ਇਹ ਆਉਂਦਾ ਕਿ ਕਿਸੇ ਸਰਕਾਰ ਨੂੰ ਤੋੜੇ ਬਗੈਰ ਵੀ ਕੁਛ ਉਹਦੇ ਅਧਿਕਾਰ ਸਿੱਧੇ ਤੌਰ ਤੇ ਗਵਰਨਰ ਜਿਹੜਾ ਰਾਸ਼ਟਰਪਤੀ ਵੱਲੋਂ ਆਪਣੇ ਹੱਥਾਂ 'ਚ ਲੈ ਸਕਦਾ। ਇਹਨੂੰ ਉਹਦੇ ਨਾਲ ਜੋੜ ਕੇ ਜਦੋਂ ਵਰਤਿਆ ਗਿਆ ਤੇ ਫਿਰ ਵੀ ਇਹ ਫਿਰਕੂ ਹਿੰਸਾ ਬਿੱਲ ਕਾਫੀ ਮਜ਼ਬੂਤ ਹੋ ਜਾਂਦਾ। ਉਂਝ ਜਿਹੜੀ ਗੱਲ ਦਾ ਉਹਨਾਂ ਦਾ ਇਤਰਾਜ਼ ਸੀ ਕਿ ਰਾਜਾਂ ਦੇ ਅਧਿਕਾਰ ਖੇਤਰ 'ਚ ਦਖਲ ਦਿੱਤਾ ਜਾਵੇਗਾ, ਸਿੱਧਾ ਦਖਲ ਦਿੱਤਾ ਜਾਵੇਗਾ, ਜਦੋਂ ਆ ਪਿੱਛੇ ਜਿਹਨਾਂ ਨੇ NIA ਬਣਾਈ ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਜਿਹੜੀ ਤਾਂ 5-7 ਸਾਲ ਪਹਿਲੇ ਇਹਦੇ ਬਣੀ ਹੈ, ਉਦੋਂ ਵੀ ਇਸੇ ਗੱਲ ਤੇ ਇਤਰਾਜ਼ ਹੁੰਦਾ ਸੀ, ਪਰ ਉਹ ਬਣ ਗਈ ਹੈ। ਹੁਣ ਇਹ ਵੀ ਜਿਹੜਾ ਇੱਕ ਵਾਰੀ ਬਣ ਜਾਵੇ, ਇਸ ਤੋਂ ਬਾਅਦ ਲਾਗੂ ਕਰਨ ਲੱਗਿਆਂ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਨਾ ਤਾਂ ਸਿੱਧਾ ਦਖਲ ਹੋਣਾ, ਨਾ ਇਹ ਹੀ ਹੋਣਾ ਕਿ ਰਾਜਾਂ 'ਚ ਬੈਠਾ ਕੋਈ ਨਰਿੰਦਰ ਮੋਦੀ ਮਨ ਆਈਆਂ ਕਰੀ ਜਾਵੇ ਤੇ ਉਹਨੂੰ ਪ੍ਰਧਾਨ ਮੰਤਰੀ ਵਾਜਪਾਈ ਵੀ ਰੋਕ ਨਾ ਸਕੇ। ਜੀ ਜੀ ਜੀ। ਇੱਕ ਚੋਕੇ ਇਸਦੇ ਵਿੱਚ ਫਿਰਕਾ ਪ੍ਰਸਤੀ, ਸੈਕੂਲਰਿਜ਼ਮ, ਇਹ ਸਾਰੇ ਲਫ਼ਜ਼ ਇਕੱਠੇ ਆ ਰਹੇ, ਪਰ ਨੂੰ ਸਭ ਤੁਹਾਡੇ ਵਿਚਾਰ, ਕਿਉਂਕਿ ਤੁਹਾਡਾ ਵਿਸ਼ਲੇਸ਼ਣ ਬਹੁਤ ਅਹਿਮ ਹੈ। ਜਿਵੇਂ ਹੁਣ ਜਿਹੜੀਆਂ ਇੱਕ ਫਿਰਕੇ ਦੀਆਂ ਭਾਰਤੀ ਜਨਤਾ ਪਾਰਟੀ ਵਗੈਰਾ ਮੰਗ ਕਰ ਰਹੀ ਹੈ ਧਾਰਾ 370 ਤੋੜ ਦਿੱਤੀ ਜਾਏ, ਔਰ ਨਾਲ ਹੀ ਉਹ ਇੱਕ ਕਾਮਨ ਸਿਵਲ ਕੋਡ ਦੀ ਵੀ ਗੱਲ ਕਰਦੇ ਆ, ਇੱਕ ਪਾਸੇ ਤਾਂ ਵੇਖਣ ਨੂੰ ਬੜਾ ਚੰਗਾ ਲੱਗਦਾ ਕਿ ਸਾਰਿਆਂ ਲਈ ਇੱਕੋ ਕਾਨੂੰਨ ਹੋਏ, ਪਰ ਦੂਜੇ ਪਾਸੇ ਜਿਹੜਾ ਸਿਵਲ ਕੋਡ ਬਣਾਇਆ ਜਾਂਦਾ ਹੈ ਤਾਂ ਉਹ ਜੇ ਮੈਰਿਜ ਐਕਟ ਹੈ ਅਤੇ ਉਹ ਜਿਵੇਂ ਸਿੱਖਾਂ ਦੇ ਉੱਤੇ ਹਿੰਦੂ ਮੈਰਿਜ ਐਕਟ ਲਾਗੂ ਕੀਤਾ ਜਾਂਦਾ ਹੈ, ਹਿੰਦੂ ਕੋਡ ਬਿੱਲ ਲਾਗੂ ਕੀਤਾ ਜਾਂਦਾ, ਨਾ ਕਿ ਸਾਰਿਆਂ ਲਈ ਇੱਕੋ ਇੰਡੀਅਨ ਕੋਡ ਬਿੱਲ ਨਹੀਂ ਲਾਗੂ ਕੀਤਾ ਜਾਂਦਾ, ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਵੱਡੀ ਅਨੋਮਲੀ ਹੋਏਗੀ? ਇੱਕ ਪਾਸੇ ਤਾਂ ਸੈਕੂਲਰਿਜ਼ਮ ਦੀ ਗੱਲ ਹੋ ਰਹੀ ਹੈ, ਔਰ ਦੂਜੇ ਪਾਸੇ ਉਹ ਧਾਰਾ 25 ਦੇ ਵਿੱਚ ਕਿਸੇ ਨੂੰ ਅੱਜ ਕਿਸੇ ਸਿੱਖ ਨੇ ਆਪਣੀ ਰਿਟਰਨ ਭਰਨੀ ਹੈ, ਉਹਨੂੰ ਡਿਕਲੇਅਰ ਕਰਨਾ ਪਏਗਾ ਕਿ ਮੇਰਾ ਪਰਿਵਾਰ ਹਿੰਦੂ ਪਰਿਵਾਰ ਹੈ ਔਰ ਮੈਂ ਹਿੰਦੂ ਪਰਿਵਾਰ ਦਾ ਮੁਖੀਆ ਹਾਂ। ਸੋ ਕੀ ਕਾਨੂੰਨ ਫਿਰ ਸਾਰਿਆਂ ਲਈ ਇੱਕ ਹੋਣਾ ਚਾਹੀਦਾ, ਜਿਵੇਂ ਭਾਰਤੀ ਜਨਤਾ ਪਾਰਟੀ ਮੰਗ ਕਰਦੀ ਹੈ ਕਿ ਇੱਕ ਹੋਣਾ ਚਾਹੀਦਾ ਪਰ ਉਹ ਹਿੰਦੂ ਲਾਅ ਹੋਣਾ ਚਾਹੀਦਾ, ਇਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਉਹਦੇ 'ਚ ਜਿਹੜੀ ਧਾਰਾ 25 ਹੈ ਜੀ, ਉਹਨੂੰ ਡਿਫਾਈਨ ਕਰਨ ਲੱਗਿਆਂ ਕੁਛ ਗੱਲਾਂ ਦੇ ਉੱਤੇ ਥੋੜਾ ਬਹੁਤ ਆਪਣਾ ਆਪਣਾ ਸੋਚਣ ਦਾ ਢੰਗ ਹੈ। ਹਾਂਜੀ। ਹੁਣ ਜੇ ਇਹ ਹੋਵੇ ਕਿ ਮੈਂ ਜਿੰਨੀ ਵਾਰੀ ਗੱਲ ਕਰਨੀ ਆ ਜੀ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਫਗਵਾੜਾ ਕਹਿਣ ਦੇ ਬਜਾਏ ਮੈਂ ਕਹਿ ਦਾਂ ਕਿ ਜਿੰਨੇ ਵਾਰ ਵੀ ਲੁਧਿਆਣਾ ਆਵੇਗਾ ਇਹਨੂੰ ਬਾਕੀ ਦੇ ਚਾਰਾਂ ਵਾਸਤੇ ਸਮਝ ਲਿਆ ਜਾਵੇ ਐਬਰੀਵੇਸ਼ਨ ਦੇ ਤੌਰ ਤੇ। ਆਈ ਨੋ ਦੈਟ। ਹਾਂਜੀ, ਮੈਂ ਪੂਰੀ ਚੰਗੀ ਧਾਰਾ 25 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆ ਕਿ ਹਿੰਦੂ, ਸਿੱਖ, ਫਲਾਣੇ ਫਲਾਣੇ ਜਿਹੜੇ ਆ, ਜਿਹੜੇ ਤੋਂ ਜਿੰਨੀਆਂ ਥਾਵਾਂ ਦੇ ਉੱਤੇ ਇਹ ਗੱਲ ਆਵੇ ਸਾਰਿਆਂ ਦੇ ਨਾਂ ਵਾਰ ਵਾਰ ਨਾਲ ਲਿਖੇ ਜਾਣ, ਜਿੱਥੇ ਹਿੰਦੂ ਸਮਝਿਆ ਜਾਵੇ, ਸਮਝ ਲਓ ਕਿ ਨਾ ਸਾਰਿਆਂ ਤੇ ਲਾਗੂ ਹੁੰਦੀ ਆ, ਉਹਨੂੰ ਐਬਰੀਵੇਸ਼ਨ ਦੇ ਤੌਰ ਤੇ ਵਰਤਿਆ ਗਿਆ ਜਿਹਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਤੇ ਕਈ ਪੁਆੜੇ ਪਹਿਲਾਂ ਵੀ ਪੈ ਚੁੱਕੇ ਆ। ਹੁਣ ਵੀ ਜਿਹੜਾ ਹੈਗਾ ਕਈ ਮੱਦਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿੱਥੇ ਜਦੋਂ ਅਸੀਂ ਕੁਛ ਕਮਿਊਨਿਟੀਜ਼ ਦਾ ਨਾਂ ਲੈਂਦੇ ਹਾਂ, ਜਿਹੜੀ ਸਭ ਤੋਂ ਵੱਡੀ ਕਮਿਊਨਿਟੀ ਹੁੰਦੀ ਉਹਦਾ ਨਾਂ ਪਹਿਲੇ ਨੰਬਰ ਤੇ ਆ ਜਾਂਦਾ, ਤੇ ਜੇ ਐਬਰੀਵੇਸ਼ਨ ਦੇ ਤੌਰ ਤੇ ਵਰਤਣਾ ਤੇ ਉਹੀ ਵਰਤਿਆ ਜਾਂਦਾ। ਜਿਹੜੀ BJP ਕਈ ਗੱਲਾਂ ਕਾਮਨ ਸਿਵਲ ਕੋਡ ਵਗੈਰਾ ਦੀਆਂ ਕਰਦੀ ਆ, ਉਹ ਫਜ਼ੂਲ ਕਰਦੀ ਆ, ਲੋਕਾਂ ਦੇ ਸਾਹਮਣੇ ਸਾਰਾ ਸੱਚ ਹੈ ਨੀ। ਸਾਰਾ ਸੱਚ ਇਹ ਹੈ ਕਿ ਇਹਨਾਂ ਨੂੰ ਧਾਰਾ 370 ਦੁਖਦੀ ਹੈ, ਜਿਹੜੀ ਧਾਰਾ ਉਹਨਾਂ ਦੇ ਹੈਗੀ ਆ ਸ੍ਰੀਨਗਰ ਜੰਮੂ ਕਸ਼ਮੀਰ ਦੇ ਸੰਬੰਧ ਵਿੱਚ, ਪਰ ਇਸੇ ਹੀ BJP ਨੂੰ ਬਾਕੀ ਦੀਆਂ ਧਾਰਾ ਸਾਰੀਆਂ ਕਿਉਂ ਨਹੀਂ ਦਿਖਦੀਆਂ? ਇੱਥੇ ਬਹੁਤ ਸਾਰੀਆਂ ਧਾਰਾ ਹੋਰ ਵੀ ਨੇ ਜਿਹੜੀਆਂ ਕੋਈ ਅਰੁਣਾਚਲ ਵਾਸਤੇ ਦਿੱਤੀ ਆ, ਅਰੁਣਾਚਲ ਨੂੰ ਚੀਨ ਅਜੇ ਤੱਕ ਭਾਰਤ ਦਾ ਹਿੱਸਾ ਨਹੀਂ ਮੰਨਦਾ, ਉਹਦੇ ਵਾਸਤੇ ਵੀ ਕੁਝ ਸਪੈਸ਼ਲ ਹੱਕ ਦਿੱਤੇ ਨੇ, ਅਸੀਂ ਆਸਾਮ ਨੂੰ ਵੀ ਦਿੱਤੇ ਨੇ, ਨਾਗਾ ਲੋਕਾਂ ਨੂੰ ਵੀ ਇੱਥੋਂ ਤੱਕ ਆਖਿਆ ਕਿ ਉਹ ਆਪਣੇ ਜਿਹੜੇ ਕ੍ਰਿਮੀਨਲ ਕੇਸਿਸ ਨੇ ਛੋਟੇ ਮੋਟੇ, ਹਾਂਜੀ, ਉਹਨਾਂ ਨੂੰ ਆਪਣੇ ਕਨਵੈਨਸ਼ਨ ਦੇ ਆਧਾਰ ਤੇ, ਪੁਰਾਣੀਆਂ ਰਵਾਇਤਾਂ ਦੇ ਆਧਾਰ ਤੇ ਨਜਿੱਠਣ ਦਾ ਹੱਕ ਰੱਖਣਗੇ। ਉਹਨਾਂ ਦੇ ਵਿਆਹ ਸ਼ਾਦੀਆਂ ਦੇ ਮਾਮਲਿਆਂ ਵਿੱਚ ਵੀ ਕਈ ਛੋਟਾਂ ਦਿੱਤੀਆਂ ਗਈਆਂ ਨੇ, ਬਿਲਕੁਲ, ਇਸੇ ਤਰ੍ਹਾਂ ਹੀ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਾਸਤੇ ਵੀ ਕੋਈ ਛੋਟਾਂ ਦਿੱਤੀਆਂ ਗਈਆਂ ਨੇ, ਵੱਖ ਵੱਖ ਥਾਵਾਂ ਲਈ ਜੇ ਛੋਟਾਂ ਦਿੱਤੀਆਂ ਗਈਆਂ, ਤੇ ਸ੍ਰੀਨਗਰ ਜੰਮੂ ਕਸ਼ਮੀਰ ਦੇ ਸਵਾਲ ਦੇ ਉੱਤੇ ਵਾਧੂ ਗੱਲ ਕੀਤੀ ਗਈ ਆ। ਨਰਿੰਦਰ ਮੋਦੀ ਜਾ ਕੇ ਬੜੀ ਭੜਕਾਊ ਗੱਲ ਕਹਿ ਆ ਕਿ ਜਿਹੜਾ ਉਮਰ ਅਬਦੁੱਲਾ ਮੁੱਖ ਮੰਤਰੀ, ਇਹਨੂੰ ਅਧਿਕਾਰ ਹੈਗੇ ਆ, ਤੇ ਇਹਦੀ ਭੈਣ ਸਾਰਾ ਨੇ ਕਿਉਂਕਿ ਰਾਜਸਥਾਨੀ ਮੁੰਡੇ ਨਾਲ ਵਿਆਹ ਕੀਤਾ, ਇਸ ਕਰਕੇ ਉਹਨੂੰ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਕਿਉਂਕਿ ਉਹ ਜੰਮੂ ਕਸ਼ਮੀਰ ਤੋਂ ਬਾਹਰ ਵਿਆਹ ਹੀ ਗਿਆ। ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਇਹ ਧਾਰਾ
ਸਰਕਾਰ ਪਹਿਲਾਂ ਨਹੀਂ ਸੀ ਹੁੰਦੀ। ਹਾਂਜੀ, ਇੱਕ ਖਾਸ ਮੌਕੇ ਦੇ ਉੱਤੇ ਇੱਕ ਖਾਸ ਮੁੱਖ ਮੰਤਰੀ ਨੇ ਇਹ ਪੇਸ਼ ਕਰ ਦਿੱਤੀ, ਮੁੱਖ ਮੰਤਰੀ ਵੀ ਨਹੀਂ ਉਹਨੂੰ ਪ੍ਰਧਾਨ ਮੰਤਰੀ ਉਦੋਂ ਕਹਿੰਦੇ ਸੀ, ਪਰ ਇਹ ਧਾਰਾ ਸੰਨ 2001 ਦੇ ਵਿੱਚ ਜੰਮੂ ਕਸ਼ਮੀਰ ਹਾਈ ਕੋਰਟ ਨੇ ਰੱਦ ਕਰ ਦਿੱਤੀ। ਉਹਦੇ ਤੋਂ ਬਾਅਦ 2002 ਦੇ ਵਿੱਚ PDP ਦੀ ਸਰਕਾਰ ਨੇ ਇਹਨੂੰ ਫਿਰ ਲਾਗੂ ਕਰਨ ਦਾ ਯਤਨ ਕੀਤਾ ਤੇ ਇਹਦੇ ਉੱਤੇ ਬਰਾਬਰ ਬਰਾਬਰ ਵੰਡੇ ਗਏ। ਸਿਰਫ ਇੱਕ ਵੋਟ ਦੀ ਘਾਟ ਸੀ ਤੇ ਉਹ ਪ੍ਰੋਫੈਸਰ ਭੀਮ ਸਿੰਘ ਸੀਗਾ, ਪੈਂਥਰਸ ਪਾਰਟੀ ਵਾਲਾ। ਹਾਂਜੀ, ਉਹਨੇ ਠੋਕ ਕੇ ਆਖਿਆ ਮੈਂ ਇਹ ਧਾਰਾ ਦੁਬਾਰਾ ਲਾਗੂ ਕਰਨ ਦੇ ਪੱਖ ਵਿੱਚ ਨਹੀਂ, ਮੁੰਡਾ ਹੋਵੇ ਕੁੜੀ ਹੋਵੇ ਦੋਵਾਂ ਦਾ ਬਰਾਬਰ ਦਾ ਹੱਕ ਹੈ। ਇਹ ਧਾਰਾ ਉਹ ਤੋਂ ਬਾਅਦ ਲਾਗੂ ਹੀ ਨਹੀਂ ਹੋ ਸਕੀ। ਅੱਜ ਉਮਰ ਅਬਦੁੱਲਾ ਤੇ ਉਹਦੀ ਭੈਣ ਸਾਰਾ ਦੋਵਾਂ ਦੇ ਬਰਾਬਰ ਦੇ ਹੱਕ ਹੈ, ਭਾਵੇਂ ਭੈਣ ਰਾਜਸਥਾਨ ਚ ਵਿਆਹੀ ਦੀ ਹੈ। ਨਰਿੰਦਰ ਮੋਦੀ ਨੂੰ ਇੰਨੀ ਅਕਲ ਹੀ ਨਹੀਂ ਕਿ ਪੜ੍ਹ ਕੇ ਬੋਲਿਓ, ਬਗੈਰ ਪੜ੍ਹੇ ਤੋਂ ਵੀ ਬੋਲੀ ਜਾਂਦਾ। ਉਹਨੇ ਇਹ ਵੀ ਕਹਿ ਦਿੱਤਾ ਸੀ ਸਿਕੰਦਰ ਬਾਦਸ਼ਾਹ ਜਿਹੜਾ ਬਿਹਾਰ ਵਿੱਚ ਜਾ ਕੇ ਖਾ ਕੇ ਮੁੜਿਆ ਸੀ, ਉਹਨੂੰ ਪਤਾ ਹੀ ਨਹੀਂ ਸਾਡੇ ਵੈਰੋਵਾਲ ਤੋਂ ਮੁੜ ਗਿਆ ਸੀ ਉਹ। ਜਿਸ ਤਰ੍ਹਾਂ ਦੀਆਂ ਗੱਲਾਂ ਉਹ ਕਰਦਾ ਵਾ ਉਹ ਨਲਾਇਕ ਆਦਮੀ ਹੈ, ਔਰ ਕਮਿਊਨਲਿਜ਼ਮ ਨੂੰ ਜਿਸ ਤਰ੍ਹਾਂ ਉਹ ਵਾਰਦਾ ਤੇ ਉਛਾਲਦਾ, ਲੋਕਾਂ ਨੂੰ ਝੂਠ ਬੋਲ ਕੇ ਭੜਕਾਈ ਜਾ ਰਿਹਾ, ਔਰ ਉਹਦੇ ਝੂਠ ਨੂੰ ਵੀ ਉਹਦੀ ਪਾਰਟੀ ਤੇ ਉਹਦਾ ਭਾਈਚਾਰਾ ਤਰ੍ਹਾਂ ਗੁੰਨੀ ਜਾਂਦਾ, ਉਸ ਝੂਠ ਨੂੰ ਗੁੰਨ ਕੇ ਉਹਦੇ ਚੋਂ ਜੋ ਕੁਝ ਕੱਢਣਾ ਚਾਹੁੰਦੇ ਆ। ਇਹ ਧਾਰਾ ਦਾ ਚੱਕਰ, ਫਲਾਣੀ ਦਫਾ ਇਹ ਸਾਰਾ ਕੁਝ ਵੀ ਉਸੇ ਚ ਪਾਇਆ ਜਾ ਰਿਹਾ। ਸਾਡੇ ਕਨਸਟੀਟਿਊਸ਼ਨ ਦੇ ਵਿੱਚ ਉਨੀਆਂ ਡਿਸਕ੍ਰਿਪੈਂਸੀਜ਼ ਹੈ ਨਹੀਂ ਗੀਆਂ ਜਿੰਨੀਆਂ ਇਹ ਪੇਸ਼ ਕਰਦੇ ਪਏ। ਜੀ ਬਿਲਕੁਲ, ਜਿਵੇਂ ਮੀਜ਼ੋ ਅਕਾਰਡ ਵੀ ਮੈਂ ਦੇਖ ਰਿਹਾ, ਉਹਦੀ ਸ਼ੁਰੂਆਤ ਹੀ ਜਿਹੜੀ ਹੁੰਦੀ ਹੈ, ਨੋਟ ਵਿਦ ਸਟੈਂਡਿੰਗ ਐਨੀਥਿੰਗ ਸੈਡ ਇਨ ਦੀ ਇੰਡੀਅਨ ਕਾਂਸਟੀਟਿਊਸ਼ਨ, ਨੋ ਲਾ ਆਫ ਦੀ ਫੈਡਰਲ ਗਵਰਨਮੈਂਟ ਵਿਲ ਅਪਲਾਈ ਔਨ ਮੀਜ਼ੋਰਮ ਅਨਲੈਸ ਦੇ ਅਪਰੂਵ ਇਟ। ਬਲਕਿ ਉਹਨਾਂ ਨੂੰ ਤਾਂ ਆਪਣੀ ਨੇਬਰਿੰਗ ਸਟੇਟਸ ਦੇ ਨੇਬਰਿੰਗ ਕੰਟਰੀਜ਼ ਦੇ ਨਾਲ ਵੀ ਸਿੱਧਾ ਬਿਜ਼ਨਸ ਕਰਨ ਦੀ ਇਜਾਜ਼ਤ ਦਿੱਤੀ ਗਈ ਉਸ ਮੀਜ਼ੋ ਅਕਾਰਡ ਔਰ ਧਾਰਾ 377 ਜਾਂ 78 ਦੇ ਵਿਚਕਾਰ। ਸੋ ਇਹਦਾ ਮਤਲਬ ਇਹ ਹੈਗਾ ਕਿ ਜਦੋਂ ਇੰਡੀਆ ਆਜ਼ਾਦ ਹੋ ਗਿਆ ਜੀ, ਗੋਆ ਉਦੋਂ ਵੀ ਪੁਰਤਗਾਲ ਦੇ ਅੰਡਰ ਸੀ। ਬਿਲਕੁਲ ਬਿਲਕੁਲ, ਗੋਆ ਨੂੰ ਬਾਅਦ ਵਿੱਚ ਆਜ਼ਾਦ ਕਰਾਇਆ ਗਿਆ। ਉਹਦੀ ਆਜ਼ਾਦੀ ਦੀ ਲੜਾਈ ਚ ਸਾਡੇ ਪੰਜਾਬ ਦਾ ਕਰਨੈਲ ਸਿੰਘ ਈਸੜੂ ਸ਼ਹੀਦ ਹੋਇਆ ਸੀ। ਜੀ ਹਾਂਜੀ, ਜਦੋਂ ਗੋਆ ਆਜ਼ਾਦ ਕਰਾਇਆ ਗਿਆ ਕਿਉਂਕਿ ਲੰਮਾ ਸਮਾਂ ਉਹ ਪੁਰਤਗਾਲ ਦੇ ਅੰਡਰ ਰਿਹਾ ਸੀ ਤੇ ਉਹਨਾਂ ਲੋਕਾਂ ਦੀ ਵੱਖਰੀ ਕਿਸਮ ਦੀ ਰਹਿਣੀ ਸਹਿਣੀ ਸੀ, ਉਹਨਾਂ ਵਾਸਤੇ ਗੋਆ ਵਾਸਤੇ ਵੀ ਅਸੀਂ ਵਿਸ਼ੇਸ਼ ਅਧਿਕਾਰ ਦਿੱਤੇ ਹੋਏ ਨੇ। ਹਾਂਜੀ, ਔਰ ਮੀਜ਼ੋਰਮ ਤੇ ਜਿਹੜਾ ਤੁਹਾਡਾ ਸਵਾਲ ਕੀਤਾ, ਜਿਹੜਾ ਰੈਫਰੈਂਸ ਦਿੱਤਾ, ਉਹ ਬਹੁਤ ਜ਼ਰੂਰੀ ਹੈ ਕਿਉਂਕਿ ਮੀਜ਼ੋ ਬਾਗੀਆਂ ਨੇ ਬੜੀ ਲੰਮੀ ਨਾਗਾ ਬਾਗੀਆਂ ਵਾਂਗ ਹੀ ਲੜਾਈ ਲੜੀ ਸੀ। ਉਹ ਲੜਾਈ ਤੋਂ ਬਾਅਦ ਮੀਜ਼ੋਰਮ ਦੇ ਜਿਹੜੇ ਲਾਲ ਡੇਂਗਾ ਨਾਲ ਸਮਝੌਤਾ ਹੋਇਆ, ਸਮਝੌਤੇ ਤੋਂ ਬਾਅਦ ਕਈ ਛੋਟਾ ਦੇਣੀਆਂ ਪਈਆਂ। ਹਿਮਾਚਲ ਪ੍ਰਦੇਸ਼ ਦੇ ਵਿੱਚ BJP 3 ਵਾਰ ਰਾਜ ਕਰ ਚੁੱਕੀ ਹੈ। ਉਸ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਕਈ ਕਿਸਮ ਦੀਆਂ ਬੰਦਸ਼ਾਂ ਹੈਗੀਆਂ ਨੇ, ਅਸੀਂ ਪੰਜਾਬੀ ਉੱਥੇ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ। ਰਾਜਸਥਾਨ ਦੇ ਵਿੱਚ ਕਿੰਨੀ ਵਾਰੀ BJP ਦੀ ਸਰਕਾਰ ਆ ਗਈ, ਸ਼ਾਇਦ ਹੁਣ 5ਵੀਂ ਸਰਕਾਰ ਹੈ ਉਹਨਾਂ ਦੀ, ਪਰ ਅਸੀਂ ਰਾਜਸਥਾਨ ਵਿੱਚ ਵੀ ਜਾ ਕੇ ਨਹੀਂ ਖਰੀਦ ਸਕਦੇ। ਜਿਹੜਾ ਫਰਕ ਹੈ ਇਹ ਇਕੱਲਾ ਜੰਮੂ ਕਸ਼ਮੀਰ ਤੁਹਾਨੂੰ ਚੁੱਕਦਾ, ਕਿਉਂਕਿ ਜੰਮੂ ਕਸ਼ਮੀਰ ਦੇ ਸਵਾਲ ਤੇ BJP ਸਮਝਦੀ ਹੈ ਕਿ ਇਹ ਇੱਕ ਕਿਸਮ ਦੀ ਇਹੋ ਜਿਹੀ ਦੁੱਖ ਦੀ ਰਾਜ ਹੈ ਜਿਹਦੇ ਉੱਤੇ ਹਿੰਦੁਸਤਾਨ ਦੇ ਲੋਕਾਂ ਨੂੰ ਭੜਕਾਇਆ ਜਾ ਸਕੇ। ਬਿਲਕੁਲ, ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੂੰ ਇਸ ਕੰਮ ਤੋਂ ਉਹ ਦੁਰਵਰਤੋਂ ਕਰਨਾ ਚਾਹੁੰਦੇ। ਜੀ ਜੀ ਬਿਲਕੁਲ, ਮੈਂ ਇਹੀ ਗੱਲ ਕਹਿਣੀ ਚਾਹੁੰਦਾ ਪੰਨੂ ਸਾਹਿਬ, ਜੇਕਰ ਬੰਗਲਾਦੇਸ਼ 'ਚੋਂ ਕੋਈ ਉਹ ਮੁਸਲਮਾਨ ਆ ਜਾਣ ਤਾਂ ਉਹਨਾਂ ਨੂੰ ਇਹ ਘੁਸਪੈਠੀਏ ਕਹਿੰਦੇ ਹੈ, ਜੇ ਅਗਰ ਕਰਾਚੀ ਵੱਲੋਂ ਉਧਰੋਂ ਹਿੰਦੂ ਆ ਜਾਣ ਉਹਨਾਂ ਨੂੰ ਸ਼ਰਨਾਰਥੀ ਕਹਿੰਦੇ। ਇਹਦਾ ਮਤਲਬ ਸਾਡੀ ਸੋਚ ਦੇ ਵਿੱਚ ਫਰਕ ਹੈ। ਅਤੇ ਅਖੀਰ ਦੇ ਵਿੱਚ ਸਿਰਫ ਜੀ ਇਸ ਕਰਕੇ ਇਹ ਦੱਸੋ ਕਿ ਇਹ ਜਿਹੜਾ ਹੁਣ ਬਿੱਲ ਆ ਰਿਹਾ, ਕਿਧਰੇ ਐਸਾ ਤਾਂ ਨਹੀਂ ਕਿ ਅੱਗੇ ਤੋਂ ਅਸੀਂ ਨਹੀਂ ਕਰਾਂਗੇ, ਪਰ ਜਿਹੜੇ ਪਹਿਲੇ ਹੋ ਚੁੱਕੇ ਦੰਗੇ ਕੀਤੇ ਜਿਹਦੇ 'ਚ ਦੋਨੋਂ ਪਾਰਟੀਆਂ ਦੇ ਹੱਥ ਰੰਗੇ ਹੋਏ ਹੈ, ਉਹਨਾਂ ਦੇ ਹੱਥ ਖੂਨ ਨਾਲ ਰੰਗੇ ਹੈ, ਉਹ ਸਾਰਾ ਕੁਝ ਪਿਛਲਾ ਚੈਪਟਰ ਕਲੋਜ਼ ਹੋ ਜਾਏ, ਉਹਦੀ ਹੁਣ ਗੱਲ ਨਾ ਕਰੋ, ਕਿਧਰੇ ਐਸੀ ਗੱਲ ਤਾਂ ਨਹੀਂ ਇਸ ਤੋਂ ਨਜ਼ਰ ਆ ਰਹੀ? ਨਹੀਂ, ਉਹਦੇ 'ਚ ਆਪਾਂ ਨੂੰ ਫਰਕ ਰੱਖਣਾ ਚਾਹੀਦਾ। ਅਮਰਤਿਆ ਸੇਨ ਨੂੰ ਨੋਬਲ ਪ੍ਰਾਈਜ਼ ਮਿਲਿਆ, ਅੱਜ ਉਹਦੀ ਜਿਹੜੀ ਸਟੇਟਮੈਂਟ ਆਈ ਆ ਜੀ, ਉਹਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ। ਕਹਿੰਦਾ ਕਿ 1984 ਤੇ 2002 ਦੀ ਗੱਲ ਕਰਨ ਲੱਗਿਆ, ਇਸ ਗੱਲ ਦਾ ਚੇਤਾ ਰੱਖਿਆ ਕਰੀਏ ਕਿ ਜਿਹੜੀ ਇਸ ਵੇਲੇ ਕਾਂਗਰਸ ਪਾਰਟੀ ਆ ਉਹਦੀ ਲੀਡਰਸ਼ਿਪ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਨਮੋਹਨ ਸਿੰਘ, ਇਹਨਾਂ ਚੋਂ ਕੋਈ ਵੀ ਬੰਦਾ ਉਹ ਨਹੀਂ ਜਿਹਨੇ 1984 ਵਿੱਚ ਦੰਗਿਆਂ ਵੇਲੇ ਕੋਈ ਭੂਮਿਕਾ ਅਦਾ ਕੀਤੀ ਹੋਵੇ, ਸਾਰੇ ਉਸ ਤੋਂ ਬਾਹਰ ਸੀ। ਗੁਜਰਾਤ ਦੇ ਸਵਾਲ ਦੇ ਉੱਤੇ ਜਿਹਦੀ ਸਰਪ੍ਰਸਤੀ ਹੇਠ ਸਾਰਾ ਕੁਛ ਹੋਇਆ, ਉਹ ਬੰਦਾ ਇਸ ਵੇਲੇ ਪ੍ਰਾਈਮ ਮਿਨਿਸਟਰ ਬਣਨ ਜਾ ਰਿਹਾ। ਉਹ ਕਹਿੰਦਾ ਇਹ ਜਿਹੜਾ ਵੱਡਾ ਡਿਫਰੈਂਸ ਹੈ ਇਹਨੂੰ ਇਗਨੋਰ ਕਰਕੇ ਨਹੀਂ ਚੱਲਣਾ ਚਾਹੀਦਾ। ਹੁਣ ਜਿਹੜਾ ਹੈਗਾ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਵੀ ਜਿਹੜੇ ਬੰਦੇ ਉਹਦੇ ਵਿੱਚ ਸਿੱਧੇ ਇਨਵਾਲਵ ਨਹੀਂ ਸੀ 1984 ਚ, ਉਹਨਾਂ ਨੂੰ ਤੇ ਪੋਚਾ ਪਾਉਣ ਦੀ ਬਹੁਤੀ ਲੋੜ ਨਹੀਂ ਪੈਣੀ। ਜਦ ਤੱਕ ਮਨਮੋਹਨ ਨਹੀਂ ਆ ਗਿਆ, ਮਨਮੋਹਨ ਸਿੰਘ ਦੇ ਆਉਣ ਤੋਂ ਪਹਿਲਾਂ ਸੱਜਣ ਕੁਮਾਰ ਤੇ ਜਗਦੀਸ਼ ਟਾਇਟਰ ਨੂੰ ਹੱਥ ਵੀ ਕਿੱਥੇ ਪਿਆ ਸੀ? ਕੁਛ ਨਾ ਕੁਛ ਉਸ ਪਾਸੇ ਉਹ ਇਹ ਸਮਝਦੇ ਆ ਕਿ ਇਹਨਾਂ ਨੇ ਸਾਨੂੰ ਫਸਾ ਦਿੱਤਾ। ਜਿਸ ਤੱਕ ਨਰਿੰਦਰ ਮੋਦੀ ਦਾ ਸਵਾਲ ਹੈ, ਉਹ ਬੰਦਾ ਆਪ ਕਿਉਂਕਿ ਸਿੱਧੇ ਤੌਰ ਤੇ ਇਨਵਾਲਵ ਹੈ, ਉਹ ਇਸ ਤੋਂ ਬਚਣਾ ਚਾਹੇਗਾ। ਫਿਰ ਵੀ ਇਹ ਜਿਹੜਾ ਆਉਂਦਾ ਹੈ, ਜੇ ਪਿਛਲਿਆ ਸਾਰੇ ਦੰਗਿਆਂ ਦੇ ਉੱਤੇ ਲਾਗੂ ਹੁੰਦਾ ਕਿ ਨਹੀਂ ਹੁੰਦਾ, ਉਹਨਾਂ ਤੇ ਪੋਚਾ ਮਾਰਦਾ ਕਿ ਨਹੀਂ ਮਾਰਦਾ, ਇਹਦੀ ਫਾਈਨਲ ਸ਼ੇਪ ਉਦੋਂ ਹੋਣੀ ਹੈ ਜਦੋਂ ਇਹ ਪਾਰਲੀਮੈਂਟ ਜਾਵੇਗਾ, ਅਮੈਂਡਮੈਂਟਸ ਵੀ ਉੱਥੇ ਹੋਣੀਆਂ ਨੇ।
ਅੰਤ ਨੂੰ ਇਹ ਪਾਸ ਹੁੰਦਾ ਕਿ ਪਾਸ ਕਰਨ ਲੱਗਿਆ ਕੋਈ ਸਮਝੌਤੇਬਾਜ਼ੀ ਤੇ ਸ਼ਰਤਾਂ, ਜਿਸ ਤਰ੍ਹਾਂ ਲੋਕਪਾਲ ਵੀ ਲੋਕ ਸਭਾ ਚੋਂ ਪਾਸ ਹੋ ਗਿਆ, ਰਾਜ ਸਭਾ ਜਾ ਕੇ ਸੋਧਾ ਹੋ ਗਈ ਤੇ ਦੁਬਾਰਾ ਲੋਕ ਸਭਾ ਚ ਲਿਆਉਣਾ ਪੈ ਗਿਆ। ਅਜੇ ਸਾਨੂੰ ਇਹ ਨੀ ਪਤਾ ਕਿ ਇਹਨੇ ਉੱਥੋਂ ਤੱਕ ਜਾਂਦਿਆਂ ਜਾਂਦਿਆਂ ਕਿੰਨੀਆਂ ਸੋਧਾਂ ਦਾ ਸ਼ਿਕਾਰ ਹੋਣਾ, ਅੰਤਲਾ ਰੂਪ ਆਉਣ ਤੱਕ ਸਾਨੂੰ ਉਡੀਕ ਕਰਨੀ ਚਾਹੀਦੀ। ਠੀਕ ਹੈ, ਇਹਦਾ ਮਤਲਬ ਰਾਜਨੀਤਿਕ ਪਾਰਟੀ ਆਪਣੀ ਰਾਜਨੀਤੀ ਜਾਰੀ ਰੱਖਣਗੇ ਭਾਵੇਂ ਕੋਈ ਵੀ ਮਾਮਲਾ ਆ ਜਾਏ। ਨਹੀਂ, ਉਹ ਰਾਜਨੀਤਿਕ ਪਾਰਟੀਆਂ ਬਾਰੇ ਤਾਂ, ਕਿਸੇ ਦਾ ਕੋਈ ਮਰ ਗਿਆ ਹੋਵੇ ਉੱਥੇ ਸ਼ਰਧਾਂਜਲੀ ਭੇਟ ਕਰਨ ਜਾਣ, ਜਾਂ ਕਿਸੇ ਦੇ ਬੱਚੇ ਦਾ ਵਿਆਹ ਹੋਵੇ ਤੇ ਉਹਨੂੰ ਆਸ਼ੀਰਵਾਦ ਦੇਣ ਜਾਣ ਤੇ ਉੱਥੇ ਵੀ ਤਕਰੀਰ ਕਰਦੇ ਆ, ਆਪਣੀ ਰਾਜਨੀਤੀ ਕਿਸੇ ਨਾ ਕਿਸੇ ਢੰਗ ਨਾਲ ਕਰੀ ਜਾਂਦੇ ਆ। ਰਾਜਨੀਤਿਕ ਪਾਰਟੀਆਂ ਵਾਲੇ ਰਾਜਨੀਤੀ ਤੋਂ ਰਹਿ ਨਹੀਂ ਸਕਦੇ। ਬਿਲਕੁਲ ਬਿਲਕੁਲ, ਫਰਜ਼ ਹੈ ਉਹਨਾਂ ਦਾ, ਰਾਜ ਧਰਮ ਹੈਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ। ਮੈਨੂੰ ਪਤਾ ਹੈ ਤੁਹਾਡਾ ਸਮਾਂ ਬੜਾ ਕੀਮਤੀ ਔਰ ਤੁਹਾਡੀ ਹੋਰ ਕਮਿਟਮੈਂਟਸ ਹੈ, ਸੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸੋ ਪਿਆਰੇ ਦਰਸ਼ਕੋ, ਇਹ ਸਨ ਜਤਿੰਦਰ ਪੰਨੂ, ਐਡੀਟਰ ਨਵਾਂ ਜ਼ਮਾਨਾ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਉਸ ਸਬਜੈਕਟ ਦੇ ਉੱਤੇ ਗੱਲਬਾਤ ਕੀਤੀ। ਸਮਾਂ ਹੈ ਹੁਣ ਇੱਕ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ ਔਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਜਿਹੜੇ ਹੋਰ ਸਾਡੇ ਕੋਲ ਸੁਰਖੀਆਂ ਹਨ ਜਾਂ ਹੋਰ ਮੁੱਦੇ ਹਨ ਉਹਨਾਂ ਦੇ ਉੱਤੇ ਔਰ ਨਾਲ ਹੀ ਤੁਹਾਡੇ ਵਿਚਾਰ ਵੀ ਲਵਾਂਗੇ ਇੱਕ ਵਕਫੇ ਦੇ ਬਾਅਦ। ਗੱਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ ਜਿਹੜਾ ਐਂਟੀ ਕਮਿਊਨਲ ਵਾਇਲੈਂਸ ਬਿੱਲ ਜਿਹੜਾ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਹੈ, ਉਹਦੀ ਕਿੰਨੀ ਕੁ ਲੋੜ ਹੈ, ਕਿੰਨਾ ਕੁ ਪਰਪਸ ਸਰਵ ਕਰੇਗਾ, ਕੀ ਅੱਗੋਂ ਤੋਂ ਦੰਗੇ ਰੁਕ ਜਾਣਗੇ, ਜਿਵੇਂ ਪਹਿਲਾਂ ਵੀ ਸੰਵਿਧਾਨ ਦੇ ਵਿੱਚ ਸੋਧ ਕਰਕੇ ਸੈਕੂਲਰਿਜ਼ਮ ਵਰਡ ਬਾਅਦ ਵਿੱਚ ਪਾਇਆ ਗਿਆ, ਔਰ ਜਿਵੇਂ ਪੰਨੂ ਸਾਹਿਬ ਨੇ ਵੀ ਦੱਸਿਆ ਉਹ ਸਾਰਾ ਕੁਛ ਇੱਕ ਰਾਜਨੀਤਿਕ ਕਾਰਨ ਸਨ, ਲੈਫਟ ਪਾਰਟੀਆਂ ਦੇ ਦਬਾਅ ਥੱਲੇ ਜਾਂ ਉਹਨਾਂ ਨੂੰ ਖੁਸ਼ ਕਰਨ ਲਈ ਰਸ਼ੀਆ ਦਾ ਉਸ ਵੇਲੇ ਪ੍ਰਭਾਵ ਸੀ, ਤਾਂ ਇਹ ਪਾਰਲੀਮੈਂਟ ਦੀ ਜਿਹੜੀ ਕਾਂਸਟੀਟਿਊਸ਼ਨ ਦੀ ਪ੍ਰੀਐਂਬਲ ਦੇ ਵਿੱਚ ਸੋਧ ਕੀਤੀ ਗਈ। ਆਮ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਸ਼ਾਇਦ ਹਿੰਦੁਸਤਾਨ ਹੀ ਇੱਕ ਪਹਿਲਾ ਦੇਸ਼ ਹੋਏਗਾ ਜਿਸ ਦਾ ਪ੍ਰੀਐਂਬਲ ਬਦਲੀ ਹੋਇਆ। ਪ੍ਰੀਐਂਬਲ ਕਿਸੇ ਇਮਾਰਤ ਦੀ ਬੁਨਿਆਦ ਦੀ ਤਰ੍ਹਾਂ ਹੁੰਦੀ ਹੈ, ਉਸਦੀ ਨੀਂਹ ਦੀ ਤਰ੍ਹਾਂ ਹੁੰਦੀ ਹੈ। ਬਿਲਡਿੰਗ ਦੇ ਵਿੱਚ ਤਾਂ ਤਰਮੀਮ ਹੁੰਦੀ ਹੈ ਪਰ ਬੁਨਿਆਦ ਵਿੱਚ ਤਬਦੀਲੀ ਨਹੀਂ। ਪਰ ਭਾਰਤ ਦੇ ਸੰਵਿਧਾਨ ਦੀ ਬੁਨਿਆਦ ਦੇ ਵਿੱਚ ਹੀ 1977 ਦੇ ਵਿੱਚ ਤਬਦੀਲੀ ਕੀਤੀ ਗਈ। ਦੂਸਰੀ ਜਿਹੜੀ ਬਹੁਤ ਹੀ ਅਹਿਮ ਖਬਰ ਹੈ ਜਿਹਦੇ ਨਾਲ ਸਾਰਾ ਪੰਥ ਦੇਸ਼ ਵਿਦੇਸ਼ ਜਿੱਥੇ ਵੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਵਾਲੀ ਗੱਲ ਹੈ ਚਿੰਤਤ ਹੈ, ਚਿੰਤਾਤਰ ਹੈ, ਸੋਚ ਵਿੱਚ ਹੈ, ਉਹ ਹੈ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਮਰਨ ਵਰਤ, ਜਿਹੜਾ ਕਿ ਅੱਜ 35ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ। ਔਰ ਉਹਨਾਂ ਦੀ ਹਾਲਤ ਜਿਸ ਤਰੀਕੇ ਦੇ ਨਾਲ ਦਿਨ ਬ ਦਿਨ ਵਿਗੜਦੀ ਜਾ ਰਹੀ ਹੈ, ਕੁਛ ਵੀ ਹੋ ਸਕਦਾ ਹੈ। ਚਿੰਤਾ ਇਸ ਗੱਲ ਦੀ ਵੀ ਹੈ ਕਿ ਜੇਕਰ ਭਾਈ ਸਾਹਿਬ ਦਾ ਸਰੀਰ ਲੇਖੇ ਲੱਗ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੀ ਹੋਏਗਾ, ਕੀ ਫਿਰ ਮੁੜ ਉਹੀ ਹਾਲਾਤ ਜਿਸ ਤੋਂ ਨਿਕਲ ਕੇ ਕੁਛ ਸਿੱਧੇ ਰਸਤੇ 'ਤੇ ਆਉਣ ਦੀ ਕੋਸ਼ਿਸ਼ ਕੀਤੀ ਗਈ, ਜਾਂ ਫਿਰ ਉਸੇ ਦੁਬਿਧਾ ਵਾਲੇ ਦੋਰਾਹੇ ਦੇ ਵਿੱਚ ਖੜ੍ਹਾ ਹੋਣਾ ਪਏਗਾ। ਅੱਜ ਜਿਹੜਾ ਬੰਦੀ ਸਿੱਖ ਰਿਹਾਈ ਮੋਰਚਾ, ਜਿਹੜੇ ਆਗੂ ਜਿਨ੍ਹਾਂ ਨੇ ਭਾਈ ਸਾਹਿਬ ਦੇ ਨਾਲ ਸਹਿਯੋਗ ਕਰ ਰਹੇ ਹਨ ਔਰ ਉਹਨਾਂ ਦੇ ਨਾਲ ਉੱਥੇ ਬੈਠੇ ਹਨ, ਇੱਕ ਵੱਡੀ ਖਬਰ ਹੈ ਕਿ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ। ਇਹ ਬਹੁਤ ਹੀ ਅਹਿਮ ਮੰਨੀ ਜਾਂਦੀ ਹੈ ਕਿ ਇਸ ਡੈਲੀਗੇਸ਼ਨ ਦੇ ਵਿੱਚ 3 ਮੈਂਬਰ ਸਨ ਔਰ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ਗਾਹ 'ਤੇ, ਚੰਡੀਗੜ੍ਹ ਵਾਲੀ ਰਿਹਾਇਸ਼ਗਾਹ ਦੇ ਉੱਤੇ ਗਏ। ਉਹਨਾਂ ਦੇ ਨਾਲ 45 ਮਿੰਟ ਉਹਨਾਂ ਦੀ ਗੱਲਬਾਤ ਹੋਈ ਔਰ ਜਿਹਦੇ ਵਿੱਚ ਬਾਦਲ ਸਾਹਿਬ ਇਕੱਲੇ ਹੀ ਸਨ ਔਰ ਕੋਈ ਵੀ ਨਹੀਂ ਸੀ। ਉਹਨਾਂ ਮੈਂਬਰਾਂ ਦਾ ਕਹਿਣਾ ਹੈ ਕਿ ਬਾਦਲ ਸਾਹਿਬ ਨੇ ਉਹਨਾਂ ਦੀ ਗੱਲ ਬਹੁਤ ਹੀ ਧਿਆਨ ਨਾਲ ਸੁਣੀ ਔਰ ਉੱਥੇ ਉਹਨਾਂ ਦੇ ਸਾਹਮਣੇ ਇਹ ਮੰਗ ਰੱਖੀ ਗਈ ਕਿ ਜਿਹੜੇ ਕੈਦੀ ਜਿਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਹੋਈ ਹੈ ਪਰ ਉਹ 19 ਔਰ 23 ਸਾਲ ਤੱਕ ਕੈਦ ਕੱਟਣ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤੇ ਗਏ ਅਤੇ ਨਾ ਹੀ ਉਹਨਾਂ ਨੂੰ ਕਦੇ ਪੈਰੋਲ ਔਰ ਛੁੱਟੀ ਮਿਲੀ ਹੈ, ਤਾਂ ਇਸ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਫਾਰਿਸ਼ਾਂ ਆਮ ਤੌਰ ਦੇ ਉੱਤੇ
ਪ੍ਰਸ਼ਾਸਨਿਕ ਅਧਿਕਾਰੀਆਂ ਜਾਂ ਅਫਸਰਾਂ ਵੱਲੋਂ ਕੀਤੀਆਂ ਜਾਂਦੀਆਂ ਹਨ ਅਤੇ ਰੂਟੀਨ ਦੇ ਵਿੱਚ ਉਹਨਾਂ ਦੀ ਨਜ਼ਰ ਵਿੱਚ ਨਹੀਂ ਆਉਂਦੀਆਂ ਅਤੇ ਅੱਜ ਤੱਕ ਕੋਈ ਐਸਾ ਮਾਮਲਾ ਸਿੱਧੇ ਹੀ ਉਹਨਾਂ ਦੀ ਗਿਆਤ ਵਿੱਚ ਨਹੀਂ ਆਇਆ। ਔਰ ਉਹਨਾਂ ਨੇ ਕਿਹਾ ਕਿ ਅਗਰ ਕੋਈ ਐਸਾ ਮਾਮਲਾ ਹੈ ਤਾਂ ਉਹਨਾਂ ਦੀ ਨਜ਼ਰ ਵਿੱਚ ਲਿਆਂਦਾ ਜਾ ਸਕਦਾ। ਔਰ ਜਦੋਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਇਸ ਨਾਲ ਕੋਈ ਸਿੱਧਾ ਤਲਕ ਨਹੀਂ ਤਾਂ ਉਸ ਡੈਲੀਗੇਸ਼ਨ ਨੇ ਇਹ ਵੀ ਦੱਸਿਆ ਕਿ ਭਾਰਤੀ ਸੰਵਿਧਾਨ ਦੀ ਧਾਰਾ 72 ਅਤੇ 161 ਤਹਿਤ ਸੂਬੇ ਦਾ ਗਵਰਨਰ ਜਾਂ ਰਾਜਪਾਲ, ਸੂਬੇ ਦਾ ਰਾਜਪਾਲ ਜਾਂ ਭਾਰਤ ਦਾ ਰਾਸ਼ਟਰਪਤੀ, ਇਹਨਾਂ ਸਜ਼ਾਵਾਂ ਨੂੰ ਮਾਫ਼ ਕਰਨ ਦਾ ਅਧਿਕਾਰ ਉਸਨੂੰ ਮਿਲਿਆ ਹੋਇਆ ਹੈ। ਸੋ ਇਹਨਾਂ ਅਧਿਕਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤਾਂ ਜਿਸ ਵੇਲੇ ਉਹਨਾਂ ਨੂੰ ਦੱਸਿਆ ਗਿਆ ਕਿ ਲੰਬੀ ਉਮਰ ਕੈਦ, ਜਿਨ੍ਹਾਂ ਦੀ ਅੱਜ ਤੱਕ ਹਜ਼ਾਰਾਂ ਕੈਦੀਆਂ ਨੂੰ ਛੋਟ ਦਿੱਤੀ ਗਈ ਹੈ, ਪਰ ਸਿੱਖਾਂ ਦੇ ਮਾਮਲੇ ਵਿੱਚ ਐਸੀ ਛੋਟ ਕਿਉਂ ਨਹੀਂ ਦਿੱਤੀ ਜਾ ਰਹੀ? ਮੁੱਖ ਮੰਤਰੀ ਨੇ ਉਹਨਾਂ ਨੂੰ ਕਿਹਾ ਕਿ ਉਹ ਭਾਈ ਗੁਰਬਖਸ਼ ਸਿੰਘ ਦੀ ਸਿਹਤ ਬਾਰੇ ਚਿੰਤਾਜਨਕ ਹਨ। ਔਰ ਜਿਹੜਾ ਡੈਲੀਗੇਸ਼ਨ ਹੈ ਉਸਨੇ ਇਹ ਆਸ ਜ਼ਾਹਿਰ ਕੀਤੀ ਕਿ ਜਿਸ ਗੰਭੀਰਤਾ ਦੇ ਨਾਲ ਔਰ ਵਿਸਥਾਰ ਦੇ ਨਾਲ ਮੁੱਖ ਮੰਤਰੀ ਨੇ ਗੱਲਬਾਤ ਸੁਣੀ ਹੈ, ਉਸ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਜ਼ਰੂਰ ਛੇਤੀ ਕੋਈ ਕਦਮ ਉਠਾਉਣਗੇ ਅਤੇ ਇਹਦੇ ਨਾਲ ਮਸਲੇ ਦੇ ਹੱਲ ਵੱਲ ਕੋਈ ਨਾ ਕੋਈ ਗੱਲਬਾਤ ਹੋਏਗੀ। ਪਰ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਗੱਲ ਤਾਂ ਬਹੁਤ ਉੱਭਰ ਕੇ ਸਾਹਮਣੇ ਆਈ ਕਿ ਭਾਈ ਗੁਰਬਖਸ਼ ਸਿੰਘ ਜੀ ਦਾ ਮਰਨ ਵਰਤ ਜਿਹੜਾ ਸ਼ੁਰੂ ਕੀਤਾ ਗਿਆ ਸੀ, ਉਸ ਵੇਲੇ ਇਹ ਮੰਗ ਰੱਖੀ ਗਈ ਸੀ ਕਿ ਜਿਹੜੇ ਕੈਦੀ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਰਿਹਾਅ ਕੀਤਾ ਜਾਏ। ਪਰ ਅਲਟੀਮੇਟਲੀ ਆਖਰ ਦੇ ਵਿੱਚ ਜਿਹੜੀ ਚੀਜ਼ ਸਾਹਮਣੇ ਆਈ ਹੈ ਕਿ ਉਹ ਕੈਦੀ ਉਹ ਹਨ ਜਿਨ੍ਹਾਂ ਦੀ ਸਜ਼ਾ ਉਮਰ ਕੈਦ ਦੀ ਹੈ, ਉਹਨਾਂ ਨੂੰ ਪੈਰੋਲ ਨਹੀਂ ਮਿਲੀ, ਕਾਨੂੰਨੀ ਤੌਰ ਦੇ ਉੱਤੇ ਉਹਨਾਂ ਦੀ ਸਜ਼ਾ ਪੂਰੀ ਨਹੀਂ ਹੋਈ, ਪਰ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਗਈ ਔਰ ਸਜ਼ਾ ਮਾਫ਼ ਨਹੀਂ ਕੀਤੀ ਗਈ। ਸੋ ਆਸ ਹੈ ਇਸ ਸਾਰੇ ਦੇ ਵਿੱਚ ਭਾਈ ਸਾਹਿਬ ਦਾ ਜਿਹੜਾ ਦ੍ਰਿੜ ਇਰਾਦਾ ਹੈ ਉਹ ਜ਼ਰੂਰ ਰੰਗ ਲਿਆਏਗਾ। ਔਰ ਉਸ ਦੇ ਵਿੱਚ ਤੱਥਾਂ ਦੇ ਉੱਤੇ ਆਧਾਰਿਤ ਅਗਰ ਹੁਣ ਉਹ ਕੋਈ ਐਸੀਆਂ ਸੂਚੀਆਂ ਜਾਂ ਆਪਣੇ ਡਾਕੂਮੈਂਟਸ ਮੁੱਖ ਮੰਤਰੀ ਨੂੰ ਜਾਂ ਪੰਥਕ ਆਗੂਆਂ ਨੂੰ ਜਾਂ ਅਕਾਲ ਤਖਤ ਸਾਹਿਬ ਨੂੰ ਦਿੰਦੇ ਹਨ ਜਿਹੜੀ ਉਹਨਾਂ ਨੇ ਮੰਗੀ ਸੀ, ਸ਼ਾਇਦ ਮਸਲੇ ਦੇ ਹੱਲ ਵੱਲ ਕੋਈ ਗੱਲ ਹੋਏਗੀ। ਤੁਸੀਂ ਆਪਣੇ ਵਿਚਾਰ ਇਸ ਦੇ ਬਾਰੇ ਵੀ ਔਰ ਹੋਰ ਵੀ ਜਿਹੜੇ ਅਸੀਂ ਪਹਿਲੇ ਤੁਹਾਡੇ ਨਾਲ ਗੱਲਬਾਤ ਕਰ ਚੁੱਕੇ ਹਾਂ ਉਹਦੇ ਬਾਰੇ ਵੀ ਦੱਸਣਾ। ਹੋਰ ਵੀ ਕੁਝ ਛੋਟੀਆਂ ਸੁਰਖੀਆਂ ਹਨ ਜਿਹੜੀਆਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਬੇਅੰਤ ਸਿੰਘ ਦੀ ਯਾਦ ਵਿੱਚ ਭਾਰਤ ਸਰਕਾਰ ਨੇ ਇੱਕ ਡਾਕ ਟਿਕਟ ਜਾਰੀ ਕੀਤੀ ਹੈ ਜਿਹਦੇ 'ਤੇ ਲੋਕਾਂ ਨੇ ਕਾਫੀ ਇਤਰਾਜ਼ ਕੀਤਾ। ਔਰ ਨਾਲ ਹੀ ਬ੍ਰੈਡਫੋਰਡ ਲੰਡਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੰਗਰ ਦੇ ਨਾਲ ਹੀ, ਇਮਾਰਤ ਦੇ ਨਾਲ ਹੀ ਇੱਕ ਹਲਾਲ ਪਲਾਂਟ, ਮੀਟ ਪਲਾਂਟ ਜਿਹੜਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਔਰ ਤੀਸਰਾ ਦੇਵਯਾਨੀ ਦੇ ਬਾਰੇ ਹੁਣ ਅਮਰੀਕਾ ਨੇ ਖੇਦ ਪ੍ਰਗਟ ਕੀਤਾ ਕਿ ਇਹ ਜੋ ਕੁਛ ਹੋਇਆ ਉਸ ਦੇ ਬਾਰੇ ਅਸੀਂ ਜੇ ਸਮਾਂ ਹੋਇਆ ਤੁਹਾਡੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਹਿੰਦੁਸਤਾਨ ਵਿੱਚ ਇਸ ਦੇ ਉੱਤੇ ਕਾਫੀ ਜ਼ਿਆਦਾ ਮੁਜ਼ਾਹਰੇ ਔਰ ਬਹੁਤ ਜ਼ਿਆਦਾ ਰੌਲਾ ਪਿਆ। ਪ੍ਰਧਾਨ ਮੰਤਰੀ ਤੱਕ ਨੇ ਇਸ ਮਾਮਲੇ ਨੂੰ ਚੁੱਕਿਆ ਹੈ। ਸੋ ਤੁਹਾਡੇ ਵਿਚਾਰ ਵੀ ਅਸੀਂ ਲਵਾਂਗੇ, ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ, ਕੀ ਕਰਨਾ ਚਾਹੀਦਾ, ਕੀ ਹੋਣਾ ਚਾਹੀਦਾ। ਹੈਲੋ, ਲਾਂਬਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਪਾਲ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਬਾਦ ਵੱਲੋਂ ਬੇਨਤੀ। ਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਾੜ ਸਾਹਿਬ ਜੀ, ਹੁਕਮ ਕਰੋ। ਬੇਨਤੀ ਹੈ ਜੀ, ਸਭ ਤੋਂ ਪਹਿਲਾਂ ਤੁਹਾਡਾ ਤੇ ਗੱਟ ਪੰਜਾਬੀ ਦਾ ਬਹੁਤ ਧੰਨਵਾਦ। ਤੁਸੀਂ ਇਸ ਮੁੱਦੇ ਨੂੰ, ਇਸ ਮਸਲੇ ਨੂੰ ਹਰ ਐਂਗਲ ਤੋਂ ਦਰਸ਼ਕਾਂ ਦੇ ਸਾਹਮਣੇ ਰੱਖਿਆ ਔਰ ਬੜੀਆਂ ਸੱਚਾਈਆਂ ਨੂੰ ਸਾਹਮਣੇ ਲਿਆਂਦਾ ਜੀ। ਦੂਸਰਾ, ਜਿਸ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਇਹ ਮੁੱਦੇ ਦੇ ਉੱਪਰ ਭਾਈ ਸਾਹਿਬ, ਭਾਈ ਗੁਰਬਖਸ਼ ਸਿੰਘ ਜੀ ਹੋਰਾਂ ਨੇ ਜੀ ਸੰਘਰਸ਼ ਕੀਤਾ, ਇਹਨੂੰ ਇੱਕ ਨੈਸ਼ਨਲ ਮੁੱਦਾ ਬਣਾਇਆ, ਇਹ ਕੌਮ ਉਹਨਾਂ ਦੀ ਰਿਣੀ ਰਹੂਗੀ ਜੀ। ਕਿਉਂਕਿ ਜਿੱਥੇ ਵੀ ਵਧੀਕੀ ਹੁੰਦੀ ਹੈ, ਸਿੱਖ ਦਾ ਫਰਜ਼ ਬਣਦਾ ਉਹਦੇ ਖੜਨ ਦਾ, ਉਹ ਖੜੇ ਹੈ, ਮੁੱਦਾ ਹਾਈਲਾਈਟ ਹੋ ਗਿਆ ਭਾਰਤ ਦੇ। ਜਿਸ ਤਰ੍ਹਾਂ ਹੁਣ ਸੱਚਾਈਆਂ ਸਾਹਮਣੇ ਆਪਣੇ ਆ ਰਹੇ, ਫੈਕਟ ਸਾਹਮਣੇ ਆ ਰਹੇ ਹੈ ਕਿ ਪੰਜਾਬ ਸਰਕਾਰ ਨਾਲ ਜੁੜੇ ਜਿਹੜੇ ਕੈਦੀ ਹੈ, ਜਿਹੜੇ ਸਾਡੇ ਸਿੰਘ ਹੈ, ਉਹਨਾਂ ਦੀ ਗਿਣਤੀ ਹੈ ਉਹ ਵੀ ਸਾਹਮਣੇ ਆ ਗਈ ਹੈ। ਔਰ ਉਹ ਮੁੱਦੇ ਪੰਜਾਬ ਸਰਕਾਰ ਨਾਲ ਨਹੀਂ ਬਲਕਿ ਦੂਜੀਆਂ ਸਰਕਾਰਾਂ ਨਾਲ ਜੁੜੇ ਹੋਏ ਹੈ ਔਰ ਉੱਥੋਂ ਉਹਨਾਂ ਨੂੰ ਟ੍ਰਾਂਸਫਰ ਕੀਤਾ ਗਿਆ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ। ਅਸੀਂ 2 ਹਫ਼ਤੇ ਪਹਿਲਾਂ ਪੰਜਾਬ ਸਰਕਾਰ ਨੂੰ ਆਪਣੇ ਵੱਲੋਂ ਇੱਕ ਆਪਣੀ ਅਪੀਲ ਕੀਤੀ ਸੀ, ਮੰਗ ਪੱਤਰ ਵੀ ਭੇਜਿਆ ਸੀਗਾ ਤੇ ਅੱਜ ਬਾਦਲ ਸਾਹਿਬ ਦਾ ਵੀ ਬਿਆਨ ਆ ਗਿਆ
ਔਰ ਸਾਨੂੰ ਪੂਰੀ ਉਮੀਦ ਹੈ ਕਿ ਇਸ ਮਸਲੇ ਦਾ ਬਹੁਤ ਹੀ ਸਾਰਥਕ ਹੱਲ ਨਿਕਲ ਆਊਗਾ, ਤਾਂ ਕਿ ਇਹ ਮਸਲਾ ਬਿਲਕੁਲ ਮਨੁੱਖੀ ਅਧਿਕਾਰਾਂ ਦਾ ਮਸਲਾ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਹਾਈਲਾਈਟ ਹੋਇਆ। ਔਰ ਦੂਸਰਾ ਇਹ ਗੱਲ ਹੈ ਵੀ ਇਸ ਨੂੰ ਜਿਹੜੇ ਹੁਣ ਇਸ ਗੱਲ ਨੂੰ ਉਸ ਲੈਵਲ 'ਤੇ ਰੋਟੀਆਂ ਸੇਕਣ ਵਾਲੀ ਗੱਲ ਨਾ ਬਣੀ ਜਾਵੇ। ਸਿਆਸੀ ਮਸਲਾ ਭਾਈ ਸਾਹਿਬ ਦਾ ਮਿਸ਼ਨ ਹੈ ਉਹ ਪੂਰੀ ਤਰ੍ਹਾਂ ਕਾਮਯਾਬ ਹੋ ਗਿਆ ਇਹ ਮੁੱਦਾ। ਨਹੀਂ ਬਰਾੜ ਸਾਹਿਬ, ਤੁਸੀਂ ਇੱਕ ਗੱਲ ਜ਼ਰੂਰ ਦੱਸੋ, ਤੁਸੀਂ ਜਿਹੜਾ ਕਹਿ ਰਹੇ ਹੋ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ, ਪੁਰਾਣਾ ਇਤਿਹਾਸ ਹੈ, ਜੇਕਰ ਪਠਾਨਿਸਤਾਨ ਦੇ ਵਿੱਚ ਲਾਲ ਕੁੜਤੀ ਮੂਵਮੈਂਟ ਦੇ ਉੱਤੇ ਜ਼ੁਲਮ ਹੋਇਆ ਤਾਂ ਅਕਾਲ ਤਖਤ ਸਾਹਿਬ ਤੋਂ ਜੱਥਾ ਗਿਆ, ਅਕਾਲੀ ਦਲ ਨੇ ਭੇਜਿਆ, ਜੇ ਆਰੀਆ ਸਮਾਜੀਆਂ ਦੇ ਉੱਤੇ ਮਹਾਰਾਸ਼ਟਰਾ 'ਚ ਹੋਇਆ ਤਾਂ ਉਹਦੇ 'ਤੇ ਹੋਇਆ। ਇਹ ਕੀ ਕਾਰਨ ਹੈ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਹੀ ਅਗਰ ਕੋਈ ਸਿੰਘ ਤਿਲ ਤਿਲ ਕਰਕੇ ਆਪਣੇ ਆਖਰਤ ਵੱਲ ਵੱਧ ਰਿਹਾ ਅਤੇ 35 ਦਿਨ ਬਾਅਦ ਜਿਹੜੀ ਇਹ ਸਰਕਾਰ ਜਾਗੀ ਹੈ ਕਿ ਉਹਦੇ 'ਤੇ ਕੋਈ ਬਿਆਨ ਦੇਣਾ ਹੈ? ਸਭ ਤੋਂ ਪਹਿਲਾਂ ਹੀ ਬੇਨਤੀ ਇਹ ਹੈ ਕਿ ਜਿਸ ਤਰ੍ਹਾਂ ਭਾਈ ਸਾਹਿਬ ਨੇ ਹੁਣਾਂ ਨੇ ਵਰਤ ਰੱਖਿਆ, ਜਿਸ ਤਰ੍ਹਾਂ ਸਰਾ ਨਵਕਾਰਨ ਸਿੰਘ ਹੁਣਾਂ ਨੇ ਵੀ ਦੱਸਿਆ ਸੀ ਡਿਟੇਲ ਦੇ ਨਾਲ ਕਿ ਦੇਖੋ ਮਸਲਾ ਇੰਨਾ ਇਹ ਸੈਂਸੇਸ਼ਨ ਹੈ, ਉਹਨਾਂ ਨੇ ਬਿਲਕੁਲ ਸਹੀ ਜਜ਼ਬਾਤ ਦੇ ਵਿੱਚ। ਨਹੀਂ ਨਹੀਂ, ਮੈਂ ਤੁਹਾਡੀ ਗੱਲ ਸਹਿਮਤ ਹਾਂ। ਮੇਰਾ ਸਿਰਫ ਇੱਕ ਸਵਾਲ ਹੈ ਬਹੁਤ ਛੋਟਾ ਜਿਹਾ ਕਿ ਅਕਾਲੀ ਦਲ ਦੇ ਲੀਡਰਸ਼ਿਪ ਦੀ ਜਾਂ ਪੰਜਾਬ ਸਰਕਾਰ ਦੀ 35 ਦਿਨ ਦੀ ਚੁੱਪੀ ਕੀ ਇਹ ਇਹ ਮਾਫੀਯੋਗ ਹੈ? ਨਹੀਂ, ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਨਾਲ ਸਿੱਧੇ ਤੌਰ ਤੇ ਮੁੱਦਾ ਜੁੜਿਆ ਹੋਇਆ ਨਹੀਂਗਾ। ਨਹੀਂ, ਨਾ ਵੀ ਹੋਏ, ਸਿੱਖ ਦਾ ਮਸਲਾ ਤੇ ਹੈ। ਨਹੀਂ ਨਹੀਂ, ਸਿੱਖ ਉਹਨਾਂ ਦਾ ਮਸਲਾ ਤਾਂ ਹੈ ਨਾ, ਸਿੱਖ ਕੈਦੀ ਰਿਹਾ ਹੋਣੇ ਚਾਹੀਦੇ ਆ। ਗੱਲ ਤਾਂ ਜੁੜ ਗਿਆ, ਅਕਾਲੀ ਦਲ ਨਾਲ ਜੁੜ ਗਿਆ। ਜੇ ਧਰਮ ਦੇ ਨਾਂ ਤੇ, ਪੰਥ ਦੇ ਨਾਂ ਤੇ ਵੋਟਾਂ ਮੰਗਦੇ ਆ, ਕਿਵੇਂ ਉਹਨਾਂ ਦੇ ਨਾਲ ਨਹੀਂ ਜੁੜਿਆ ਹੋਇਆ ਤੇ ਹੁਣ ਕਿੱਦਾਂ ਜੁੜ ਗਿਆ? 35 ਦਿਨ ਬਾਅਦ ਕਿੱਦਾਂ ਜੁੜ ਜਾਂਦਾ? ਦੇਖੋ ਦੇਖੋ, ਹੁਣ ਹੁਣ ਦੇਖੋ ਜਿਹੜੇ ਜਿਹੜੇ ਜਿਹੜੀ ਲਿਸਟ ਇਹਨਾਂ ਨੇ ਦਿੱਤੀ ਆ, ਪਹਿਲੀ ਗੱਲ ਤਾਂ ਲਿਸਟ ਹੈ ਜਿਹੜੀ ਮਰਦ ਮਰਦ ਪਹਿਲਾਂ ਰੱਖਿਆ ਗਿਆ, ਲਿਸਟ ਮਗਰੋਂ ਤਿਆਰ ਕੀਤੀ ਗਈ ਹੈ, ਮਗਰੋਂ ਘੱਟੋ ਘੱਟ ਲਿਸਟ 12 ਦਿਨ ਮਗਰੋਂ ਦਿੱਤੀ ਗਈ ਹੈ। ਠੀਕ, ਮੈਂ ਚਲੋ ਠੀਕ ਜੀ, ਬੇਨਤੀ ਕਰ ਸਕਦਾ? ਨਹੀਂ ਨਹੀਂ, ਤੁਸੀਂ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਉਸ ਤੋਂ ਕੋਈ ਇਨਕਾਰੀ ਨਹੀਂ, ਪਰ ਗੱਲ ਇਹ ਸੀ ਕਿ ਇਹ ਜਿਹੜੀ ਚੀਜ਼ ਹੈ ਪਹਿਲੇ ਦਿਨ ਜਦੋਂ ਹੋਇਆ, ਹਫ਼ਤੇ ਦੇ ਅੰਦਰ ਅੰਦਰ ਸਰਕਾਰ ਵੱਲੋਂ ਮੰਗ ਕੀਤੀ ਜਾ ਸਕਦੀ ਸੀ, ਉਹ 35 ਦਿਨ ਬਾਅਦ ਕਿਉਂ ਕੀਤੀ ਗਈ? ਮੈਨੂੰ ਇਸ ਦਾ ਜਵਾਬ ਨਹੀਂ ਸਮਝ ਆ ਰਿਹਾ। ਅਕਾਲ ਤਖ਼ਤ ਵੱਲੋਂ, ਸ੍ਰੀ ਅਕਾਲ ਤਖ਼ਤ ਵੱਲੋਂ, ਸ਼੍ਰੋਮਣੀ ਕਮੇਟੀ ਵੱਲੋਂ ਸਰਦਾਰ ਅਵਤਾਰ ਸਿੰਘ ਮੱਕੜ ਵੀ ਮਿਲੇ ਹੈ। ਸਮੱਸਿਆ ਇਹ ਹੈ ਜੀ, ਇਹ ਮਸਲੇ ਨੂੰ ਇਸ ਲੈਵਲ ਤੇ ਦੂਜੀਆਂ ਪਾਰਟੀਆਂ ਵੱਲੋਂ ਚਮਕਾਇਆ ਜਾ ਰਿਹਾ। ਹੁਣ ਤੁਸੀਂ ਨੋਟ ਕਰੋ, ਹੈਲੋ ਜੀ 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 ਜੀ, ਕਹਿ ਸਕਦੇ ਹੋ, ਵੇਖੋਗੇ ਵੀ ਆਲੇ ਦੁਆਲੇ ਜਿਹੜੇ ਆਲੇ ਦੁਆਲੇ ਚਲੋ ਅਸੀਂ ਇਸ ਨੂੰ ਮੁੱਦਾ ਇਸ ਵੇਲੇ ਅਸੀਂ ਹੋਰ ਕਿਸੇ ਵੱਲ ਨਹੀਂ ਲਿਜਾਣਾ ਚਾਹੁੰਦੇ। ਅਸੀਂ ਆਪਣੇ ਦਰਸ਼ਕਾਂ ਨੂੰ ਇਹਦੇ ਬਾਰੇ ਵੀ ਕਹਾਂਗੇ ਕਿ ਜ਼ਰੂਰ ਕਹਿਣ ਤੁਹਾਡੇ ਵਿਚਾਰ ਜਿਹੜੇ ਹੈ। ਕੁਦਰਤੀ ਤੌਰ 'ਤੇ ਤੁਸੀਂ ਪਾਰਟੀ ਦਾ ਪੱਖ ਵੀ ਰੱਖਣਾ ਅਤੇ ਬਿਲਕੁਲ, ਮੈਂ ਸਾਰੀਆਂ ਗੱਲਾਂ ਅਸੀਂ ਦੱਸ ਚੁੱਕੇ ਹਾਂ, ਪਰ ਇਸ ਵੇਲੇ ਮਸਲਾ ਇਹ ਹੈਗਾ, ਪ੍ਰਾਇਰਟੀ ਹੈਗੀ ਹੈ ਕਿ ਭਾਈ ਗੁਰਬਖਸ਼ ਸਿੰਘ ਦਾ ਵਰਤ ਜਿਹੜਾ ਜਿਸ ਮਕਸਦ ਲਈ ਰੱਖਿਆ, ਉਹ ਵਰਤ ਭਾਵੇਂ ਪੰਜਾਬ ਦੀ ਜੇਲ੍ਹ 'ਚ ਹੈ, ਭਾਵੇਂ ਪਾਕਿਸਤਾਨ ਦੀ ਜੇਲ੍ਹ 'ਚ ਹੈ, ਭਾਵੇਂ ਅਮਰੀਕਾ ਦੀ ਜੇਲ੍ਹ 'ਚ ਹੈ, ਅਕਾਲੀ ਦਲ ਦਾ ਫਰਜ਼ ਹੈ ਕਿ ਉਸ ਦੇ ਉੱਤੇ ਆਵਾਜ਼ ਚੁੱਕੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਇਜਾਜ਼ਤ ਅਸੀਂ ਜੇ ਇਜਾਜ਼ ਦਿਓ ਅਤੇ ਹੋਰਾਂ ਦੇ ਵਿਚਾਰ ਵੀ ਲੈ ਲਈਏ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਵਾਹਿਗੁਰੂ ਖਾਲਸਾ, ਵਾਹਿਗੁਰੂ। ਹੈਲੋ, ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਕੌਣ ਬੋਲ ਰਹੇ ਭਾਈ ਸਾਹਿਬ ਜੀ? ਮੈਂ ਹਰਜਿੰਦਰ ਸਿੰਘ ਬੋਲ ਰਿਹਾ ਜੀ। ਕਿੱਥੋਂ ਵੀਰ ਜੀ? ਨਿਊਯਾਰਕ ਤੋਂ ਬੋਲ ਰਹੇ ਜੀ। ਹਾਂਜੀ ਹਰਜਿੰਦਰ ਸਿੰਘ ਜੀ, ਹੁਕਮ ਕਰੋ। ਲਵਰ ਸਾਹਿਬ, ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। 35 ਦਿਨ ਹੋ ਚੁੱਕੇ ਨੇ ਭਾਈ ਸਾਹਿਬ, ਭਾਈ ਗੁਰਬਖਸ਼ ਸਿੰਘ ਜੀ ਹੋਰਾਂ ਨੂੰ ਜੀ। ਕੋਈ ਵੀ ਅਕਾਲੀ ਲੀਡਰ ਜਾਂ ਕੋਈ ਸ਼੍ਰੋਮਣੀ ਅਕਾਲ ਦੇ ਦਲ ਦਲ ਬੰਦਾ ਉੱਥੇ ਨਹੀਂ ਪਹੁੰਚਿਆ ਜੀ। ਇਹਨਾਂ ਦੇ ਵਿੱਚ ਪਹਿਲਾਂ ਇਹਨਾਂ ਨੂੰ ਤੇ ਪੂਜਾ ਜਿਹੜੀ ਉਹ ਆਈ ਸੀ, ਮਿਸ ਪੂਜਾ ਜਾਂ ਜਿਹੜੀ ਫਿਲਮੀ ਐਕਟਰ ਆਈ ਸੀ, ਉਹਨਾਂ ਨੂੰ ਵੇਲ ਨਹੀਂ ਮਿਲੀ ਹੈਗੀ ਜੀ। ਉਹਦੇ ਵਿੱਚ ਬਹੁਤ ਜ਼ਿਆਦਾ ਬਿਜੀ ਹੋਏ ਸੀ ਨਾ ਮਦਰੀਏ ਦੇ, ਉਹਨਾਂ ਦੇ ਇਸ ਕਰਕੇ ਇਹਨਾਂ ਕੋਲ ਟਾਈਮ ਨਹੀਂ ਮਿਲਿਆ। ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਸਾਰੀ ਸਿੱਖ ਕੌਮ ਹੈ ਉਹ ਦੂਜੇ ਪਾਸੇ ਨੂੰ ਜਾ ਰਹੀ ਹੈ, ਮਤਲਬ ਕਿ ਇਹਨਾਂ ਦੇ ਵਰਖਲਾਫ ਹੋ ਰਹੀ ਹੈ, ਤੇ ਇਹਨਾਂ ਨੇ ਹੁਣ ਆਪਣੀਆਂ ਰੋਟੀਆਂ ਨੂੰ ਸਿੱਖ ਮਾਰਿਆ ਆਪ ਖੁਦ ਇੱਥੇ। ਦੇਖੋ, ਅਸੀਂ, ਮੇਰਾ ਖਿਆਲ ਹੈ ਭਾਈ ਸਾਹਿਬ ਹਰਜਿੰਦਰ ਸਿੰਘ ਜੀ, ਅਸੀਂ ਦੋਸ਼ ਗਲਤ ਰਸਤੇ ਤੁਰ ਪਏ ਹਾਂ। ਆਪਸ ਦੇ ਵਿੱਚ ਹੀ ਜਿਹੜਾ ਮਕਸਦ ਦੂਜਿਆਂ ਦਾ ਸੀ ਕਿ ਅਸੀਂ ਆਪਸ ਦੇ ਵਿੱਚ ਹੀ ਉਲਝ ਜਾਈਏ, ਗੱਲ ਮੁੱਦਾ ਹੈ ਸਿੱਖ ਕੈਦੀ ਹਨ ਜਿਨ੍ਹਾਂ ਦੀ ਲੰਬੀ ਸਜ਼ਾ ਉਹਨਾਂ ਦੀ ਭਾਵੇਂ ਕਾਨੂੰਨੀ ਤੌਰ ਦੇ ਉੱਤੇ ਪੂਰੀ ਨਹੀਂ ਹੋਈ, ਪਰ 20-20 ਸਾਲ ਦੇ ਜਿਹੜੇ ਬੰਦੇ ਬਗੈਰ ਪੈਰੋਲ ਦੇ ਹੈ ਉਹਨਾਂ ਨੂੰ ਰਿਹਾਅ ਕਰਨਾ ਚਾਹੀਦਾ। ਮਨੁੱਖੀ ਅਧਿਕਾਰਾਂ ਦੀ ਵੀ ਇਹ ਮੰਗ ਹੈ, ਔਰ ਇਸ ਕਰਕੇ ਇਸ ਦੇ ਲਈ ਦੇਰ ਆਇਦ ਦਰੁਸਤ ਆਇਦ, ਅਗਰ ਦੇਰੀ ਨਾਲ ਵੀ ਇਹ ਸਟੈਪ ਚੁੱਕੇ ਜਾਂਦੇ ਆ, ਅਸੀਂ ਉਹਦਾ ਸਵਾਗਤ ਕਰਦੇ ਹਾਂ, ਜੀ ਆਇਆਂ ਕਹਿੰਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ, ਥੈਂਕ ਯੂ ਜੀ। ਜੀ
ਤੁਹਾਡਾ ਕੀ ਖਿਆਲ ਹੈ ਕਿ ਜਿਹੜੇ 20-20 ਸਾਲ ਦੇ ਅੱਜ ਤੱਕ ਮਤਲਬ ਕਿ ਜਿਹੜੇ ਬਜ਼ੁਰਗ ਹੋ ਗਏ ਨਾ, 94 ਸਾਲ ਦੇ ਬਜ਼ੁਰਗ ਹੋ ਗਏ, ਇਹਨਾਂ ਗਵਰਨਮੈਂਟ ਨੂੰ ਪਤਾ ਨਹੀਂ ਹੈਗਾ ਕਿ ਉਹ ਜਿਹੜੇ ਸਿੱਖ ਲੀਡਰ ਮਤਲਬ ਸਿੱਖ ਭਾਈ ਸਾਹਿਬ ਨੇ ਅੰਦਰ ਬੈਠੇ ਨੇ? ਬਿਲਕੁਲ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਮੈਂ ਦੂਸਰੇ ਪਾਸੇ ਦੱਸ ਰਿਹਾ, ਕਾਨੂੰਨ ਜਿਹੜਾ ਹੈ ਉਹ ਸਾਰਾ ਕਹਿੰਦੇ ਹੈ ਕਿ ਉਹ ਅੰਨਾ ਹੁੰਦਾ ਹੈ ਅਤੇ ਹਿੰਦੁਸਤਾਨ ਵਿੱਚ ਲੰਗੜਾ ਵੀ ਹੈ, ਇਹ ਵੀ ਗੱਲ ਸਹੀ ਹੈ। ਹੁਣ ਜਿਹੜੇ ਨਾਜ਼ੀ ਜਿਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਉਹਨਾਂ 'ਚ ਤੁਸੀਂ ਹੈਰਾਨ ਹੋਵੋਗੇ, 94 ਸਾਲ ਦੇ ਬੰਦੇ ਨੂੰ ਫੜ ਕੇ ਲਿਆਂਦਾ ਜਾ ਰਿਹਾ। ਉਮਰ ਦੀ ਗੱਲ ਨਹੀਂ ਹੁੰਦੀ, ਗੱਲ ਕਾਨੂੰਨ ਦੀ ਜਿਹੜੀ ਪ੍ਰਕਿਰਿਆ ਹੈ ਬਿਲਕੁਲ ਵੱਖਰੀ ਹੈ। ਹਾਂ, ਜਿਸ ਦੀ ਸਜ਼ਾ ਹੋ ਚੁੱਕੀ ਹੈ ਉਹਨੂੰ ਮਾਫੀ ਦੇਣਾ ਜਿਹੜਾ ਉਹ ਸਰਕਾਰ ਦੇ ਅਖਤਿਆਰ ਵਿੱਚ ਹੈ ਔਰ ਉਹ ਵਰਤੋਂ ਕਰਨੀ ਚਾਹੀਦੀ ਹੈ। ਇਸ ਦੀ ਮੰਗ ਜਿਹੜੀ ਹੈ ਬਿਲਕੁਲ ਜਾਇਜ਼ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਪਿਆਰੇ ਦਰਸ਼ਕੋ, ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਤੁਹਾਡੇ ਵਿਚਾਰ ਜ਼ਰੂਰੀ ਹਨ, ਪਰ ਬੇਨਤੀ ਹੈ ਇੱਕ ਵਕਫਾ ਲੈਣਾ ਵੀ ਜ਼ਰੂਰੀ ਹੈ। ਸੋ ਇੱਕ ਵਕਫੇ ਦੇ ਬਾਅਦ ਹਾਜ਼ਰ ਹੁੰਦੇ ਹਾਂ, ਤੁਸੀਂ ਜ਼ਰੂਰ ਸਾਨੂੰ ਕਾਲ ਕਰੋ 5168250006 ਦੇ ਉੱਤੇ ਔਰ ਆਪਣੇ ਵਿਚਾਰ ਜ਼ਰੂਰ ਦਰਜ ਕਰਾਓ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਿਨ੍ਹਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ, ਤੁਹਾਡੇ ਵਿਚਾਰ ਲੋੜੀਂਦੇ ਹਨ, ਉਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ। ਹੈਲੋ, ਹਾਂਜੀ, ਕੌਣ ਬੋਲ ਰਹੇ? ਹਾਂਜੀ, ਸਤਿ ਸ਼੍ਰੀ ਅਕਾਲ ਅੰਮ੍ਰਿਤ ਸਾਹਿਬ, ਮੈਂ ਬਲਜਿੰਦਰ ਸਿੰਘ ਬੋਲ ਰਿਹਾ, ਸਿਲੈਕਟਿਵ ਨਿਊਯਾਰਕ ਤੋਂ। ਜੀ ਭਾਈ ਸਾਹਿਬ ਬਲਜਿੰਦਰ ਸਿੰਘ ਜੀ, ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਲਾਂਬਾ ਸਾਹਿਬ, ਵੈਸੇ ਤੇ ਤੁਸੀਂ ਆਪਣਾ ਬਹੁਤ ਸੋਹਣਾ ਕੁਐਸਚਨ ਕੀਤਾ ਜਿਹੜਾ ਤੁਸੀਂ ਆਪਣੇ ਬਾਦਲ ਅਕਾਲੀ ਦਲ ਸਪੋਕਸਮੈਨ ਨੂੰ ਕੀਤਾ, ਉਹ ਕਿ ਸਾਰੇ ਸਿੱਖ ਹਿਰਦਿਆਂ ਦੀ ਤਰਜਮਾਨੀ ਕਰਦਾ, ਤੇ ਉਹਦੇ ਵਿਸ਼ੇ ਦੇ ਉੱਤੇ ਤੇ ਤੁਸੀਂ ਕਾਫੀ ਉਹਨਾਂ ਦਾ ਸਿੱਖ ਹਿਰਦਿਆਂ ਦੀ ਤਰਜਮਾਨੀ ਕਰਦੇ। ਮੈਂ ਇੱਕ ਵਿਸ਼ਾ ਹੋਰ ਤੁਹਾਨੂੰ ਲਿਆਉਣਾ ਚਾਹੁੰਦਾ ਸੀ ਤੁਹਾਡੇ ਸਾਹਮਣੇ, ਜਿਵੇਂ ਕਿ ਉਹਨੇ ਪੰਨੂ ਸਾਹਿਬ ਨੇ ਜਿਹੜੇ ਨੋਬਲ ਲਿਟਰੇਟ ਹਸੀਨ ਸਾਹਿਬ ਦੀ ਸਟੇਟਮੈਂਟ ਆਈ ਆ ਨਰਿੰਦਰ ਮੋਦੀ ਦੇ ਗੁਜਰਾਤ ਦੇ ਤੇ ਦਿੱਲੀ ਦੰਗਿਆਂ ਦੇ ਬਾਰੇ ਵਿੱਚ, ਉਹਨਾਂ ਨੇ ਡਿਫਰੈਂਸ਼ੀਏਟ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਨਰਿੰਦਰ ਮੋਦੀ ਡਾਇਰੈਕਟਲੀ ਇਨਵੋਲਵ ਸੀ ਤੇ ਇਹ ਬੰਦੇ ਇਨਵੋਲਵ ਨਹੀਂ ਸੀ ਉਹਨਾਂ ਦੰਗਿਆਂ ਦੇ ਵਿੱਚ, ਪਰ ਜੇ ਉਹਨਾਂ ਦੰਗਿਆਂ ਦੇ ਦੋਸ਼ੀਆਂ ਨੂੰ ਪ੍ਰੋਟੈਕਟ ਕਰਨ ਵਿੱਚ ਵੀ ਉਹਨਾਂ ਹੀ ਦੋਸ਼ ਹੁੰਦਾ ਵਾ ਜਿੰਨਾ ਕਿ ਦੰਗੇ ਫੈਲਾਉਣ ਵਾਲਿਆਂ ਦਾ ਹੁੰਦਾ ਵਾ। ਤੇ ਆਪਾਂ ਜਾਣਦੇ ਹਾਂ ਕਿ ਸੱਜਣ ਕੁਮਾਰ ਟਾਈਟਲਰ ਨੂੰ ਗੱਡੀਆਂ ਵੀ ਦਿੱਤੀਆਂ ਗਈਆਂ ਤੇ ਹੁਣੇ ਹੁਣੇ ਜਿਹੜੀਆਂ ਚੋਣਾਂ ਹੋਈਆਂ ਵਾ ਉਹਦੇ ਸੱਜਣ ਕੁਮਾਰ ਦੇ ਬੇਟੇ ਨੂੰ ਜਿਹੜੀ ਆ ਫਿਰ ਟਿਕਟ ਦੇ ਦਿੱਤੀ ਗਈ, ਤੇ ਇਹ ਇਹ ਦੋਸ਼ ਘੱਟ ਨਹੀਂ ਹੋ ਜਾਂਦੇ, ਇਹ ਦੰਗਾ ਦੀ ਆਪਾਂ ਦੋਸ਼ੀਆਂ ਨੂੰ ਜੇ ਸਜ਼ਾ ਨਹੀਂ ਦਿੰਦੇ ਤੇ ਉਹ ਦੰਗਾ ਨੂੰ ਹੋਰ ਹੋਰ ਉਤਸ਼ਾਹਿਤ ਕਰਦੇ ਦੰਗਾਕਾਰੀਆਂ ਨੂੰ। ਇਹਨਾਂ ਨੂੰ ਇਸ ਤਰ੍ਹਾਂ ਦੋਵਾਂ ਜੀ ਜੀ ਬਿਲਕੁਲ, ਅਗਰ ਕੋਈ ਕਿਸੇ ਕ੍ਰਾਈਮ ਦੇ ਉਹਦੇ ਇਨਸਾਫ ਦੇ ਹੋਣ ਵਿੱਚ ਰੁਕਾਵਟ ਪਾਉਂਦਾ ਹੈ ਜਾਂ ਉਹਦੀਆਂ ਗਵਾਹੀਆਂ 'ਚ ਰੁਕਾਵਟ ਪਾਉਂਦਾ ਹੈ ਜਾਂ ਉਹਦੀ ਐਵੀਡੈਂਸਿਸ ਪਾਉਂਦਾ, ਉਹ ਬਰਾਬਰ ਦਾ ਦੋਸ਼ੀ ਹੁੰਦਾ, ਉਹਨੂੰ ਸਜ਼ਾ ਮਿਲਦੀ ਹੈ, ਇਹਦੇ ਵਿੱਚ ਕੋਈ ਰਾਏ ਦੋ ਰਾਏ ਨਹੀਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਹਾਂਜੀ ਤੁਸੀਂ ਲਾਈਨ 'ਤੇ ਹੋ, ਕੌਣ ਬੋਲ ਰਹੇ ਜੀ? ਹੈਲੋ, ਸਤਿ ਸ਼੍ਰੀ ਅਕਾਲ, ਤੁਸੀਂ ਹਾਂਜੀ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰਿਆ ਕਰੋ ਜੀ। ਹਾਂਜੀ ਲੰਬਾ ਜੀ, ਮੈਂ ਬੇਨਤੀ ਕਰਨੀ ਸੀ। ਹਾਂਜੀ ਗੁਪਟਾਲਾ ਸਾਹਿਬ, ਅਚਰਜੀਤ ਗੁਪਟਾਲਾ ਬੋਲ ਰਹੇ ਜੀ। ਹਾਂਜੀ ਤੁਸੀਂ ਨਾ ਆਵਾਜ਼ ਵਿੱਚ ਮੇਰੇ ਖਿਆਲ ਬੰਦ ਕਰ ਜਾਂਦੇ ਹੋ, ਹਾਂਜੀ ਹੁਕਮ ਕਰੋ। ਮੈਂ ਨਾ ਜਿਹੜੇ ਬਰਾੜ ਸਾਹਿਬ ਜੀ ਯੂਐਸਏ ਦੇ ਪ੍ਰਧਾਨ ਬੋਲ ਰਹੇ ਸਨ ਨਾ ਜੀ ਜੀ, ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਬਾਦਲ ਸਾਹਿਬ ਨੂੰ ਇਹ ਕਹਿਣ ਵੀ ਜਿਹੜੇ ਮੁੱਖ ਮੰਤਰੀ ਨੇ ਦੂਜੇ ਸੂਬਿਆਂ ਦੇ, ਉਹਨਾਂ ਨੂੰ ਬਾਦਲ ਸਾਹਿਬ ਬੇਨਤੀ ਕਰਨ ਵੀ ਉਹਨਾਂ ਬੰਦਿਆਂ ਨੂੰ ਰਿਹਾ ਕਰਨ। ਜੀ 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 ਜੀ, ਜਿਵੇਂ ਗੁਜਰਾਤ ਦੇ ਕੇਸ ਵੀ ਹੈਗਾ, ਸਾਹਿਬ ਨਵਕਿਰਨ ਸਿੰਘ ਡਿਟੇਲ ਚ ਦੱਸ ਗਏ ਸਨ ਜੀ ਸਾਰੇ ਸੂਬਿਆਂ ਬਾਰੇ, ਤੇ ਇਸ ਕਰਕੇ ਬਰਾੜ ਸਾਹਿਬ ਬੇਨਤੀ ਹੈ ਵੀ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਫੋਨ ਕਰਨ ਜਾਂ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਕਰਨ, ਇੱਕ ਤੋਂ ਮਿਲਣ ਜਾ ਕੇ ਉਹਨਾਂ ਨੂੰ ਜੀ ਜੀ ਠੀਕ ਹੈ, ਸਾਗਰ ਬਖਸ਼ਣ ਮਿਲਣ ਜਾ ਕੇ ਠੀਕ ਹੈ, ਦੂਜਾ ਵੀ ਉਹ ਮੁੱਖ ਮੰਤਰੀਆਂ ਨਾਲ ਨਾ ਵੀ ਆਪਸ ਦੀ ਗੱਲਬਾਤ ਕਰਨ, ਤੇ ਬੰਦੇ ਰਿਆਜ਼ ਕੋਲ ਇਹਦਾ ਬੜਾ ਮਸਲਾ ਨਹੀਂ, ਔਰ ਇਹਨੇ ਰੱਖ ਵੀ ਜਾਏਗਾ, ਚੋਣਾਂ ਵੀ ਆ ਰਹੀਆਂ, ਵੈਸੇ ਵੀ ਸਾਡਾ ਬਿਲਕੁਲ ਬਿਲਕੁਲ ਬਣਦਾ। ਔਰ ਜਿਹੜੀ ਤੁਹਾਡੀ ਆਵਾਜ਼ ਹੈ ਜਿਹੜੀ ਇੱਥੋਂ ਵੀ ਅਸੀਂ ਚੁੱਕੀ ਹੈ ਸਾਰੀ ਔਰ ਸਾਰੇ ਦੁਨੀਆ ਤੋਂ ਜਿਹੜੀ ਆਵਾਜ਼ ਹੈ ਉਹ ਬਾਦਲ ਸਾਹਿਬ ਤੱਕ ਪਹੁੰਚੀ ਹੈ, ਔਰ ਸ਼ਾਇਦ ਉਸੇ ਕਰਕੇ ਹੀ ਉਹਨਾਂ ਨੇ ਹੁਣ ਸਿੱਧੇ ਤੌਰ ਦੇ ਉੱਤੇ ਉਹਨਾਂ ਜਿਹੜੀ ਸੁਸਾਇਟੀ ਹੈ ਜਾਂ ਜਿਹੜੇ ਉਹਨਾਂ ਦੇ ਬੰਦੀ ਸਿੰਘਾਂ ਦੀ ਜਿਹੜੀ ਕਮੇਟੀ ਬਣਾਈ ਗਈ ਹੈ ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਉਮੀਦ ਕੀਤੀ ਜਾਂਦੀ ਹੈ ਕੋਈ ਨਾ ਕੋਈ ਸਾਰਥਕ ਹੱਲ ਵੀ ਨਿਕਲੇਗਾ। ਹੈਲੋ
ਲਾਂਬਾ ਸਾਹਿਬ ਵਾਜਾ ਖਾਲਸਾ ਵਾ ਜੀ, ਫਤਿਹ ਬਖਸ਼ੀ ਸਿੰਘ ਮੈਰੀਲੈਂਡ ਤੋਂ ਅਰਜ਼ ਕਰ ਰਿਹਾ। ਜੀ ਜੀ ਬਖਸ਼ੀ ਸਿੰਘ ਜੀ, ਜੀ ਆਇਆਂ ਨੂੰ ਹੁਕਮ ਕਰ। ਗੱਲ ਇਹ ਹੈ ਕਿ ਇਹਦੇ ਵਿੱਚ ਕੋਈ ਦੌਰ ਆਇਆ ਨਹੀਂ ਕਿ ਸਿੱਖ ਜਿੱਥੇ ਵੀ ਬੈਠਾ, ਭਾਵੇਂ ਅਮਰੀਕਾ 'ਚ ਬੈਠਾ, ਇੰਡੀਆ 'ਚ ਬੈਠਾ ਹੈਗਾ, ਕਿਤੇ ਵੀ ਹੋਵੇ, ਕਿ ਕੋਈ ਵੀ ਜਿੱਥੇ ਸਿੱਖ ਲੱਗਦਾ ਹੈਗਾ ਕੌਮ ਦਾ ਇਹ ਮਸਲਾ ਹੈ, ਇਹ ਮਸਲਾ ਇਕੱਲੇ ਸਿੱਖ ਦਾ ਨਹੀਂ ਹੈਗਾ। ਸੋ ਮੈਂ ਸਮਝਦਾ ਬਈ ਜਿੱਥੇ ਗੌਰਮੈਂਟ ਨੂੰ ਇਹਦੇ ਵਿੱਚ ਇੰਟਰਫੀਅਰ ਕਰਨਾ ਚਾਹੀਦਾ, ਉਹਦੇ ਵਿੱਚ ਕਰਨਾ ਚਾਹੀਦਾ ਸੀ ਜਲਦੀ ਤੋਂ ਜਲਦੀ, ਤੇ ਅਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਜਥੇਦਾਰ ਸਾਹਿਬ, ਬੇਨਤੀ ਹੈ ਸਾਡੀ ਕਿ ਜਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਦੇ, ਕੇਸਗੜ੍ਹ ਸਾਹਿਬ ਦੇ, ਇਹ ਜਾ ਕੇ ਉਸ ਨੂੰ ਬੇਨਤੀ ਕਰਨ ਆਪਣਾ ਗੁਰਬਖਸ਼ ਸਿੰਘ ਨੂੰ, ਤੇ ਉਹਨੂੰ ਕੰਫੀਡੈਂਸ ਚ ਲੈਣ, ਉਹਨੂੰ ਭਰੋਸਾ ਦਵਾਉਣ ਕਿ ਵੀ ਜੇ ਇਹ ਜਿਹੜਾ ਮਸਲਾ ਤੁਸੀਂ ਉਠਾਇਆ, ਇਹ ਕੌਮ ਦਾ ਮਸਲਾ ਸੀ, ਅਸੀਂ ਇਹਦੇ ਬਾਰੇ ਜਲਦੀ ਤੋਂ ਜਲਦੀ ਵਿਚਾਰ ਕਰ ਰਹੇ ਹਾਂ। ਬਾਦਲ ਸਾਹਿਬ ਨੇ ਵੈਸੇ ਵੀ ਇਹ ਗੱਲ ਨੋਟਿਸ ਚ ਲੈ ਲਈ ਹੈ, ਬੜੀ ਅੱਛੀ ਗੱਲ ਹੈ। ਪਰ ਬਹੁਤ ਦੇਰ ਬਾਅਦ, ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ 35 ਦਿਨ ਗੁਜ਼ਰ ਚੁੱਕੇ ਹੈ, ਕੋਈ ਵੀ ਅੱਗੇ ਕੌਮ ਦਾ ਨੁਕਸਾਨ ਹੋਣ ਤੋਂ ਬਚਾਇਆ ਜਾਵੇ, ਮੇਰੀ ਬੇਨਤੀ ਇਹ ਹੈਗੀ ਹੈ ਕਿ ਜਿੰਨੀ ਵੀ ਜਲਦੀ ਇਹਦੇ ਤੇ ਐਕਸ਼ਨ ਲਿਆ ਜਾਵੇ ਉਹ ਜ਼ਰੂਰੀ ਹੈਗਾ, ਕਿ ਅੱਗੇ ਕੌਮ ਹੋਰ ਬੜਾ ਕੁਛ ਭੁਗਤ ਚੁੱਕੀ ਹੈ। ਜਿਸ ਤਰ੍ਹਾਂ ਹਰ ਇੱਕ ਚਿੰਤਾ ਕਰ ਰਿਹਾ ਕਿ ਅਗਰ ਇਹ ਗੁਰਬਖਸ਼ ਸਿੰਘ ਨੂੰ ਕੋਈ ਗੱਲ ਹੋਈ ਤੇ ਕੀ ਪੰਜਾਬ ਦੇ ਵਿੱਚ ਹਾਲਾਤ ਕੀ ਹੋਣਗੇ। ਠੀਕ, ਇਸ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਇਹੀ ਕਰਨੀ ਚਾਹੁੰਦਾ ਕਿ ਇਕੱਠੇ ਹੋ ਕੇ ਸਾਰੇ 5 ਤਖ਼ਤਾਂ ਦੇ, ਬੇਸ਼ੱਕ ਜਥੇਦਾਰ ਸਾਹਿਬ ਉਹਦੇ ਕੋਲ ਜਾਣ ਤੇ ਉਹਨੂੰ ਕੰਫੀਡੈਂਸ ਲੈਣ ਤੇ ਉਹਦਾ ਜੋ ਮਰਨ ਵਰਤਾ ਉਹਦੇ ਤੇ ਹੱਲ ਕੋਈ ਕੱਢਿਆ ਜਾਵੇ। ਹਾਂਜੀ, ਬਹੁਤ ਬਹੁਤ ਧੰਨਵਾਦ। ਮੈਨੂੰ ਲੱਗਦਾ ਹੈ ਤੁਹਾਡੀ ਜਿਹੜੀ ਭਾਵਨਾ ਹੈ ਉਹੀ ਸਾਰੀ ਸ਼ਾਇਦ ਕੌਮ ਦੇ ਭਾਵਨਾ ਦੀ ਤੁਸੀਂ ਤਰਜਮਾਨੀ ਕਰ ਰਹੇ ਹੋ ਤੁਹਾਡੇ ਲਫ਼ਜ਼ਾਂ ਰਾਹੀਂ, ਸਾਡੀ ਸਾਰਿਆਂ ਦੀ ਇਹੀ ਮੰਗ। ਜੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਹੈਲੋ ਹੈਲੋ, ਜਦੋਂ ਤੁਸੀਂ ਫੋਨ ਕਰਦੇ ਹੋ ਕਿਰਪਾ ਕਰਕੇ ਲਾਈਨ ਟੀਵੀ ਦੀ ਆਵਾਜ਼ ਬੰਦ ਕਰ ਦਿਆ ਕਰੋ ਤਾਂ ਕਿ ਤੁਹਾਡੀ ਆਵਾਜ਼ ਸਾਨੂੰ ਆਏ। ਹੈਲੋ, ਹਾਂਜੀ ਹੈਲੋ, ਹਾਂਜੀ, ਤੁਸੀਂ ਕਿੱਧਰ ਚਲੇ ਗਏ ਸੀ ਟੈਲੀਫੋਨ ਕਰਕੇ? ਜੀ ਹੁਕਮ ਕਰੋ, ਕੀ ਕਹਿਣਾ ਚਾਹੁੰਦੇ, ਕੌਣ ਬੋਲ ਰਹੇ ਜੀ? ਹਾਂਜੀ, ਮੈਂ ਬਲਜੀਤ ਸਿੰਘ ਬੋਲ ਰਿਹਾ ਜੀ, ਕੈਲੀਫੋਰਨੀਆ ਤੋਂ। ਜੀ ਭਾਈ ਸਾਹਿਬ ਬਲਜੀਤ ਸਿੰਘ ਜੀ, ਹੁਕਮ ਕਰੋ। ਹਾਂਜੀ ਭਾਈ ਸਾਹਿਬ ਜੀ, ਮੈਂ ਇਹ ਕਰਨਾ ਸੀ, ਕਹਿਣਾ ਸੀ ਵੀ ਜਿਹੜਾ ਨਾ ਇਸ ਵਕਤ, ਸਿਰਫ ਇੱਕ ਮਿੰਟ ਜੀ, ਮੈਂ ਗੱਲ ਆਪਦੀ ਖਤਮ ਕਰ ਦੂੰਗਾ। ਹਾਂਜੀ, ਜਿਹੜਾ ਆਪਣਾ ਪ੍ਰਕਾਸ਼ ਸਿੰਘ ਬਾਦਲ ਆ ਨਾ, ਇਹਨੇ ਹੁਣ ਤੱਕ ਕੋਈ ਐਸਾ ਮੌਕਾ ਨਹੀਂ ਹੈਗਾ ਜਿਹੜਾ ਕੋਈ ਕੌਮ ਦਾ ਨੁਕਸਾਨ ਕਰਨ ਵਾਲਾ ਜਿਹੜਾ ਇਹਨੇ ਜਾਣ ਦਿੱਤਾ ਹੋਵੇ ਜੀ। ਤੇ ਦੂਸਰਾ ਇਹ ਆ ਵੀ ਇਸ ਤੋਂ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਹਾਂਜੀ ਉਹਨੂੰ ਕਹੋ, ਉਹਨੂੰ ਸਾਰਾ ਪਤਾ ਹੈਗਾ ਜੋ ਹੋ ਰਿਹਾ ਨਾ, ਉਹਦੇ ਤੋਂ ਉਹ ਇਹ ਨਹੀਂ ਹੈਗਾ ਵੀ ਅਣਜਾਣ ਹੈਗਾ ਜੀ। ਤੇ ਹੁਣ ਤਾਂ ਕੌਮ ਨੂੰ ਇਕੱਠੇ ਹੋ ਕੇ ਨਾ ਸਾਰਾ ਇਸ ਨੂੰ, ਜਿਹੜਾ ਜਥੇਦਾਰਾਂ ਵੀ ਵਾਰ ਵਾਰ ਇਹ ਅਪੀਲ ਕਰਦੇ ਹਾਂ, ਇਹ ਤੋਂ ਵੀ ਆਪਾਂ ਸਾਰੇ ਜਾਣੂ ਹੈਗੇ ਆ ਵੀ ਹੁਣ ਜਥੇਦਾਰਾਂ ਨੂੰ ਕੌਣ ਅਪੁਆਇੰਟ ਕਰਦਾ ਤੇ ਉਹ ਕਿੱਥੋਂ ਗੋ ਥਰੂ ਹੋ ਕੇ ਸਾਰਾ ਕੁਛ ਹੁੰਦਾ ਜੀ। ਤੇ ਇਹ ਤਾਂ ਸਿਰਫ ਅਵੇਅਰਨੈਸ ਹੈਗੀ ਉਹ ਕਾਫੀ ਲੋਕਾਂ ਵਿੱਚ। ਤੁਹਾਡੇ ਜਿਹੜੇ ਵਿਚਾਰ ਹੈਗੇ ਆ, ਤੁਹਾਡੀ ਭਾਵਨਾ ਜ਼ਾਹਿਰ ਹੋਈ ਹੈ, ਪਰ ਇੱਕ ਗੱਲ ਬੜੀ ਸਪਸ਼ਟ ਹੈ, ਇਹਨੂੰ ਸਮਝਣਾ ਪਏਗਾ। ਦੋ ਪਾਰਟੀਆਂ, ਇੱਕ ਕਾਂਗਰਸ ਹੈ, ਇੱਕ ਭਾਰਤੀ ਜਨਤਾ ਪਾਰਟੀ ਹੈ, ਇਹ ਦੋ ਮੁੱਖ ਪਾਰਟੀਆਂ। ਅਤੇ ਜੇ ਪੁੱਛਿਆ ਜਾਏ ਜਿਵੇਂ ਬੱਕਰੇ ਨੂੰ ਝਟਕਾ ਚੰਗਾ ਹਲਾਲ, ਉਹਦਾ ਜਵਾਬ ਹੋਏਗਾ ਹਰ ਦੋ ਲਾਨਤ ਲੈ ਦੇ ਕੇ। ਕੋਈ ਵੀ ਮਸਲਾ ਹੋਏਗਾ, ਭਾਵੇਂ ਕੁਛ ਵੀ ਹੋਏ, ਜਿਸ ਤਰ੍ਹਾਂ ਦਾ ਵੀ ਅਕਾਲੀ ਦਲ ਹੈ, ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਉਹਨਾਂ ਸੰਸਥਾਵਾਂ ਕੋਲ ਹੀ ਜਾਣਾ ਪਏਗਾ। ਤੁਸੀਂ ਕੋਈ ਉਹਨਾਂ ਕੋਲ ਨਹੀਂ ਚਲੇ ਜਾਵਾਂਗੇ। ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਸਾਡੇ ਮਸਲੇ, ਧਾਰਮਿਕ ਮਸਲੇ ਨਹੀਂ ਹੱਲ ਕਰੇਗੀ। ਇਹ ਗੱਲ ਵੀ ਮੱਦੇਨਜ਼ਰ ਰੱਖਣੇ ਚਾਹੀਦੇ ਆ। ਬਹੁਤ ਬਹੁਤ ਧੰਨਵਾਦ। ਹੈਲੋ 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 ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ ਜੀ, ਕੌਣ ਬੋਲ ਰਹੇ ਜੀ? ਮੈਂ ਜੀਤ ਸਿੰਘ ਬੋਲ ਰਿਹਾ ਜੀ, ਸ਼ਿਕਾਗੋ ਤੋਂ। ਜੀ ਭਾਈ ਸਾਹਿਬ, ਅੱਜ ਦਾ ਮਸਲਾ ਬਹੁਤ ਦਰਦ ਭਰਿਆ ਤੇ ਭਿਆਨਕ ਮਸਲਾ ਹੈ ਜੀ, ਜਿਹੜਾ ਕਿ ਕਿਹਾ ਨਹੀਂ ਜਾ ਸਕਦਾ। ਜਿਵੇਂ ਕਿ ਗੁਰੂ ਸਾਹਿਬਾਂ ਦਾ ਫਰਮਾਨ ਹੈ, ਲੂਣ ਹਰਾਮੀ ਗੁਣਾਗਾਰ ਮੁੱਲ ਲੂਣ ਹਰਾਮੀ ਮੁਖ ਤੇ ਮੰਦਾ। ਇਹ ਜਿਹੜਾ ਦੋ ਮਤਲਬ ਬਾਦਲ ਪਰਿਵਾਰ ਹੈ, ਦੋਨੋ ਪਿਓ ਪੁੱਤ ਤੇ ਸ਼੍ਰੋਮਣੀ ਕਮੇਟੀ ਜਿਹੜੀ ਆ, ਇਹ ਸੂਬੇ ਦੇ ਲੰਬਰਦਾਰ ਹਨ, ਸੂਬੇਦਾਰ ਹਨ। ਇਹ ਜਿਹੜਾ ਕਿ ਜਿਹਨਾਂ ਹੁਣ ਸਾਰੇ ਪੰਜਾਬ ਦਾ ਇਹ ਲੂਣ ਖਾਂਦੇ ਨੇ, ਉਸ ਘੱਟੋ ਘੱਟ ਲੂਣ ਦੀ ਤਾਜ ਰੱਖਣੀ ਚਾਹੀਦੀ ਹੈ। ਜਿਵੇਂ ਕਿ ਕਿਸੇ ਨੇ ਲਿਖਿਆ ਸੀ, ਇੱਕ ਧੋਈ ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵਹਿਣ। ਅੱਜ ਇੱਕ ਪੰਜਾਬ ਦਾ ਪੁੱਤ ਰੋ ਰੋ ਕੇ, ਵਿਲਕ ਵਿਲਕ ਕੇ, ਤੜ ਤੜ ਕੇ ਬੋਲ ਰਿਹਾ ਕਿ ਭਾਈ ਮੇਰੀ ਆਵਾਜ਼ ਸੁਣੋ, ਕੋਈ ਆਵਾਜ਼ ਸੁਣ ਲਵੇ, ਕਿੱਥੇ ਕਿਹੜੀਆਂ ਕੰਦਰਾਂ 'ਚ ਛੁਪ ਗਏ ਬਾਦਲ। ਸੋ ਬਹੁਤ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਤੁਹਾਡੇ ਵਿਚਾਰ। ਬਾਕੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹਦਾ ਜਵਾਬ ਮੈਂ ਦੇ ਚੁੱਕਾਂ। ਰਹਿ ਗਈ ਗੱਲ ਜਿਹੜੀ ਤੁਸੀਂ ਅੰਮ੍ਰਿਤਾ ਪ੍ਰੀਤਮ ਦੀ, ਉਸ ਦੀ ਗੱਲ ਕੀਤੀ, ਕਰੋਈ ਸੀ ਧੀ ਪੰਜਾਬ ਦੀ ਤੋਂ ਲਿਖ ਲਿਖ ਮਾਰੇ ਵਹਿਣ।
ਅੱਜ ਆਖਾਂ ਵਾਰਿਸ ਸ਼ਾਹ ਨੂੰ। 1947 ਵਿੱਚ ਅੰਮ੍ਰਿਤਾ ਪ੍ਰੀਤਮ ਨੇ ਵਾਰਿਸ ਸ਼ਾਹ ਨੂੰ ਤਾਂ ਆਵਾਜ਼ਾਂ ਮਾਰੀਆਂ, ਪਰ ਉਸਨੂੰ ਗੁਰੂ ਨਾਨਕ ਸਾਹਿਬ ਚੇਤੇ ਨਹੀਂ ਆਏ, ਜਿਨ੍ਹਾਂ ਨੇ ਕਿਹਾ ਸੀ ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸਦੂਰ, ਉਹਦੀ ਗੱਲ ਨਹੀਂ ਕੀਤੀ ਸੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਇੱਕ ਪ੍ਰੋਗਰਾਮ ਹੋਰ ਲੈ ਕੇ ਆਵਾਂਗੇ, ਪਰ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ lamba@getpunjabi.tv। ਉਮੀਦ ਹੈ ਕੱਲ੍ਹ ਸ਼ਾਇਦ ਇਸ ਦੇ ਉੱਤੇ ਅਸੀਂ ਤੁਹਾਡੇ ਨਾਲ ਕੋਈ ਵਿਸਤਾਰ ਸਹਿਤ ਗੱਲਬਾਤ ਕਰ ਸਕੀਏ, ਔਰ ਸ਼ਾਇਦ ਕੋਈ ਤੁਹਾਨੂੰ ਖਬਰ ਵੀ ਦੇ ਸਕੀਏ। ਇੱਕ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।